ਸਵਾਗਤ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਹਰ ਰੋਜ਼ ਇਸ ਵੇਲੇ ਤੁਹਾਡੇ ਨਾਲ ਵਿਚਾਰ ਚਰਚਾ ਕੀਤੀ ਹੈ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਗੱਲਬਾਤ ਕਰੀਦੀ ਹੈ ਖਬਰਾਂ ਰਾਜਨੀਤੀ ਨਾਲ ਸੰਬੰਧਤ ਵੀ ਹੁੰਦੀਆਂ ਨੇ ਖਬਰਾਂ ਸਮਾਜਿਕ ਮੁੱਦੇ ਵੀ ਨੇ ਬਹੁਤ ਸਾਰੀਆਂ ਅੰਤਰਰਾਸ਼ਟਰੀ ਖਬਰਾਂ ਵੀ ਹੁੰਦੀਆਂ ਅੱਜ ਜਿਹੜੀਆਂ ਖਬਰਾਂ ਤੇ ਚਰਚਾ ਕਰਾਂਗੇ ਉਹਨਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਨੇ ਆਉਂਦੇ ਦਿਨਾਂ ਨੂੰ ਕਈ ਤਰ੍ਹਾਂ ਦੇ ਐਲਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕੌਮੀ ਪੱਧਰ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੱਦੇ ਨੇ ਜੋ ਖੜੇ ਹੋਏ ਨੇ ਉਹਦੇ ਵਿੱਚੋਂ ਇੱਕ ਚੋਣ ਤੇ ਇੱਕ ਰਾਸ਼ਟਰੀ ਗੱਲ ਵੀ ਚੱਲਦੀ ਪਈ ਹੈ ਨਾਲ ਦੀ ਨਾਲ ਜਿਸ ਹਿਸਾਬ ਦੇ ਨਾਲ ਹਰ ਰੋਜ਼ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਚਾਹੇ ਉਹ ਪਾਰਲੀਮੈਂਟ ਦੇ ਵਿੱਚ ਵਰਦੀ ਦੀ ਗੱਲ ਹੋਵੇ ਤੇ ਉੱਪਰ ਭਾਜਪਾ ਦੇ ਕਮਲ ਦੇ ਫੁੱਲ ਦੀ ਗੱਲ ਹੋਵੇ ਤਾਂ ਗੱਲ ਕਿਸੇ ਪਾਸੇ ਹੋਰ ਹੀ ਜਾਂਦੀ ਲੱਗਦੀ ਹੈ ਨਾਲ ਦੀ ਨਾਲ ਜਦੋਂ ਇਹ ਪਤਾ ਲੱਗੇ ਕਿ ਭਾਰਤ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਉਹਦੇ ਵਿੱਚੋਂ 40% ਮੌਜੂਦਾ ਪਾਰਲੀਮੈਂਟ ਮੈਂਬਰ ਜਿਨ੍ਹਾਂ ਦੇ ਉੱਪਰ ਕਦੀ ਨਾ ਕਦੀ ਕੋਈ ਨਾ ਕੋਈ ਦੋਸ਼ ਲੱਗਿਆ ਤੇ ਨਵੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਸੱਜ ਤੱਜ ਕੇ ਬਹਿਣਾ ਇਹਨਾਂ ਨੇ ਸੋ ਬਹੁਤ ਸਾਰੇ ਦੋਸ਼ ਐ ਕਿਸ ਤਰ੍ਹਾਂ ਦੇ ਦੋਸ਼ ਐ ਉਹਤੇ ਵੀ ਅੱਜ ਚਰਚਾ ਕਰਾਂਗੇ ਕਹਿੰਦੇ ਐ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਦੌਰਾਨ ਸਿਆਸਤ ਵਿੱਚ ਕੁਝ ਵੱਖਰਾ ਹੋਣ ਵਾਲਾ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਕੀਤੀਆਂ ਹੋਈਆਂ ਨੇ ਅੰਦਰ ਖਾਤੇ ਤਿਆਰੀਆਂ ਚੱਲਦੀਆਂ ਵੀ ਪਈਆਂ ਕਿਉਂਕਿ ਇਸ ਵਾਰ ਚੋਣਾਂ ਵਿੱਚ ਕੁਝ ਵੱਖਰਾ ਕਰਨਾ ਕੀ ਵੱਖਰਾ ਕਰਨਾ ਗੱਠ ਜੋੜ ਤਾਂ ਕਿਸੇ ਦਾ ਹੁੰਦਾ ਨਹੀਂ ਪਿਆ ਕਿਸੇ ਦੇ ਨਾਲ ਹਰ ਰੋਜ਼ ਉੱਪਰ ਦੇ ਪਾਸਿਓਂ ਜਦੋਂ ਬਿਆਨ ਆਉਂਦੇ ਨੇ ਸਿਆਸੀ ਤੀਰ ਚੱਲਦੇ ਨੇ ਇੱਕ ਦੂਜੇ ਵੱਲ ਨੂੰ ਤਾਂ ਫਿਰ ਨਿਕਲਦਾ ਪਿੱਛੋਂ ਕੁਝ ਨਹੀਂਗਾ ਬਸ ਇੱਕ ਦੂਸਰੇ ਦੇ ਖਿਲਾਫ ਪੜਾਅ ਜਿਹੀ ਕੱਢ ਕੇ ਸਿਆਸਤਦਾਨ ਬੈਠ ਜਾਂਦੇ ਆ ਪਰ ਅਸਲੀ ਖਬਰਾਂ ਦੀ ਜਦੋਂ ਚਰਚਾ ਕਰਨੀ ਹੈ ਤੇ ਸ਼ੁਰੂਆਤ ਭਾਰਤ ਦੇ ਉਹਨਾਂ ਪਾਰਲੀਮੈਂਟ ਮੈਂਬਰਾਂ ਤੋਂ ਹੀ ਕਰ ਲੈਣੇ ਆ ਜਿਹਦਾ ਚਰਚਾ ਕਰਕੇ ਹਟੇ ਆ ਕਿ 40% ਉਹ ਪਾਰਲੀਮੈਂਟ ਮੈਂਬਰ ਜਿਨ੍ਹਾਂ ਦੇ ਉੱਪਰ ਕੋਈ ਨਾ ਕੋਈ ਕੇਸ ਚੱਲਦਾ ਪਿਆ ਕਿਸੇ ਦੇ ਉੱਪਰ ਸੰਗੀਨ ਦੋਸ਼ ਨੇ ਕਿਸੇ ਦੇ ਉੱਪਰ ਬਲੈਤ ਕਰਦੀਆਂ ਧਰਾਵਾਂ ਨੇ ਕਿਸੇ ਨੇ ਕਤਲ ਕੀਤੇ ਹੋਏ ਨੇ ਦੋਸ਼ ਇਸ ਤਰ੍ਹਾਂ ਦੇ ਵੀ ਆ ਕਿਸੇ ਦਾ ਹੱਥ ਹੈ ਕਿਸ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਇਹ ਸਾਰੀਆਂ ਖਬਰਾਂ ਅੱਜ ਸਾਹਮਣੇ ਆਈਆਂ ਦਰਸਲ ਹੋਇਆ ਕੀ ਹੈ ਏਡੀਆਰ ਦੀ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਵਿੱਚ ਉਹਨਾਂ ਪਾਰਲੀਮੈਂਟ ਮੈਂਬਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਨ੍ਹਾਂ ਉੱਪਰ ਕੋਈ ਨਾ ਕੋਈ ਦੋਸ਼ ਲੱਗਦਾ ਪਿਆ ਵੈਸੇ ਤਾਂ ਅਰਬਪਤੀਆਂ ਦੀ ਗਿਣਤੀ ਵੀ ਵਧੀ ਹੈ 7% ਦੀ ਹੁਣੇ ਛੋਟੀ ਮੋਟੀ ਗੱਲ ਨਹੀਂ ਆਮ ਬੰਦੇ ਦਾ ਕੰਮ ਕਿੱਥੋਂ ਆ ਸਿਆਸਤ ਦਾ ਇਹ ਤਾਂ ਹੁਣ ਅਮੀਰਾਂ ਦੇ ਝੂਂਚਲੇ ਅਮੀਰਾਂ ਦੀਆਂ ਖੇਡਾਂ ਹੋ ਕੇ ਰਹਿ ਗਏ ਨੇ ਲਗਾਤਾਰ ਉਹਨਾਂ ਦੇ ਹੱਥਾਂ ਦੇ ਵਿੱਚ ਜਿਸ ਹੱਬ ਦੇ ਨਾਲ ਬਹੁਤ ਕੁਝ ਨੋਟਾਂ ਦੇ ਨਾਲ-ਨਾਲ ਨੱਚਦਾ ਨਜ਼ਰ ਆਉਂਦਾ ਹੈ ਉਹ ਕੋਸ਼ਿਸ਼ ਕਰਦੇ ਆ ਕਿ ਅਸੀਂ ਅੱਗੇ ਵੱਲ ਸਿਆਸਤ ਨੂੰ ਵਧਾਈਏ ਉਹ ਕੋਸ਼ਿਸ਼ ਕਰਦੇ ਆ ਕਿ ਸਾਡੇ ਪਰਿਵਾਰ ਦਾ ਅਗਰਾ ਮੈਂਬਰ ਵੀ ਸਿਆਸਤ ਦੇ ਵਿੱਚ ਆਵੇ ਕਿਸਾਨਾਂ ਦੇ ਵਿੱਚ ਇਹੀ ਹੁੰਦਾ ਕਿ ਪਿਓ ਕਿਸਾਨ ਹੈ ਤੇ ਪੁੱਤ ਵੀ ਅੱਗੇ ਕਿਸਾਨ ਬਣ ਜੂ ਖੇਤੀ ਕਰ ਲੂ ਕੋਈ ਨੌਕਰੀ ਕਰਦਾ ਤੇ ਉਹ ਵੀ ਅੱਗੇ ਸੋਚਣਗੇ ਕਿ ਸਾਡਾ ਪੁੱਤ ਵੀ ਨੌਕਰੀ ਕਰੇ ਵੈਸੇ ਇਹ ਜ਼ਰੂਰੀ ਨਹੀਂ ਹੁੰਦਾ ਕਦੀ ਕਦੀ ਉਲਟਾ ਵੀ ਹੋ ਜਾਂਦਾ ਹੁੰਦਾ ਹੁਣ ਦੇਖਦੇ ਆ ਗੱਲ ਕਿੱਦਾਂ ਨੂੰ ਜਾਂਦੀ ਹੈ ਪਰ ਇਹਨਾਂ ਜ਼ਰੂਰ ਹੈ ਕਿ ਜਿਹੜੇ ਭਾਰਤ ਦੇ ਇਹ ਅੰਕੜੇ ਸਾਹਮਣੇ ਆਏ ਆ ਇਹ ਹੈਰਾਨ ਕਰਦੇ ਅੰਕੜੇ ਆ ਇਹਦੇ ਵਿੱਚੋਂ ਕੁਝ ਕ ਹਲਫਨਾਮੇ ਧਾਇਰ ਕੀਤੇ ਗਏ ਐ। ਇਹ ਕਾਲੇ ਸਪਸ਼ਟ ਕਰਦੇ ਨੇ ਕਿ ਜੰਮੂ ਕਸ਼ਮੀਰ ਦਾ ਅੰਕੜਾ ਇਹਦੇ ਵਿੱਚ ਅਜੇ ਸ਼ਾਮਲ ਨਹੀਂਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਜਦੋਂ ਵੋਟਾਂ ਪੈਣਗੀਆਂ ਉਸ ਤੋਂ ਬਾਅਦ ਜਦੋਂ ਚੁਣਕੇ ਨੁਮਾਇੰਦੇ ਆਉਣੇ ਆ ਤੇ ਫਿਰ ਉਹ ਅੰਕੜੇ ਵਿੱਚ ਸ਼ਾਮਲ ਹੋਣੇ ਆ। ਹੁਣ 763 ਮੌਜੂਦਾ ਪਾਰਲੀਮੈਂਟ ਮੈਂਬਰਾਂ ਦੇ ਵਿੱਚੋਂ 306 ਯਾਨੀ ਕਿ 40% ਦੀ ਮੌਜੂਦਾ ਪਾਰਲੀਮੈਂਟ ਮੈਂਬਰਾਂ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲੇ ਜਿਹੜੇ ਦਰਜ ਨੇ ਉਹਦੀ ਜਾਣਕਾਰੀ ਦਿੱਤੀ ਹੈ ਤੇ ਹੈਰਾਨ ਕਰਦੀ ਗੱਲ ਇਹ ਹੈ 194 ਯਾਨੀ ਕਿ 25% ਬਣਦੇ ਆ ਇਹ 25% ਮੌਜੂਦਾ ਪਾਰਲੀਮੈਂਟ ਮੈਂਬਰਾਂ ਨੇ ਆਪਣੇ ਵਿਰੁੱਧ ਕਤਲ ਹੱਤਿਆ ਕਤਲੇਆਮ ਸਮੇਤ ਕਈ ਹੋਰ ਗੰਭੀਰ ਮੁੱਦਿਆਂ ਨੂੰ ਲੱਗਦਾ ਹੈ ਕਿ ਅਪਰਾਧਿਕ ਮਾਮਲਿਆਂ ਦੇ ਨਾਲ-ਨਾਲ ਜਾਣਕਾਰੀ ਦਿੱਤੀ ਹੈ ਵਿਸ਼ਲੇਸ਼ਣ ਵਿੱਚ ਕਿਹਾ ਗਿਆ ਕਿ ਭਾਜਪਾ ਦੇ 385 ਦੇ ਵਿੱਚੋਂ 139 ਪਾਰਲੀਮੈਂਟ ਮੈਂਬਰ ਜਾਨੀ ਕਿ 63% ਦੀ ਗਿਣਤੀ ਬਣਦੀ ਇਹਨਾਂ ਦੀ ਕਾਂਗਰਸ ਦੇ 81 ਦੇ ਵਿੱਚੋਂ 43 53% ਦੀ ਇਹਨਾਂ ਦੀ ਗਿਣਤੀ ਬਣਦੀ ਹੈ ਸਭ ਤੋਂ ਜ਼ਿਆਦਾ ਤੇ ਨਾਲ ਤ੍ਰਿਮੂਲ ਕਾਂਗਰਸ ਦੇ 36 ਵਿੱਚੋਂ 14 ਰਾਸ਼ਟਰੀ ਜਨਤਾ 당 ਦੇ 6 ਦੇ ਵਿੱਚੋਂ 5 83% ਸੀਪੀਆਈਐਮ ਦੇ 8 ਦੇ ਵਿੱਚੋਂ 6 ਤੇ ਆਮ ਆਦਮੀ ਪਾਰਟੀ ਦੇ 11 ਵਿੱਚੋਂ 3 ਜਾਨੀ ਕਿ 27% ਪਾਰਲੀਮੈਂਟ ਮੈਂਬਰ ਉਹ ਨੇ ਜਿਨ੍ਹਾਂ ਦੇ ਖਿਲਾਫ ਕੋਈ ਨਾ ਕੋਈ ਕੇਸ ਦਰਜਿਆ ਇਸ ਵੇਲੇ ਜੇਕਰ ਇਹ ਖਬਰ ਹੁਣ ਸਾਹਮਣੇ ਆਈ ਹੈ ਪੈਸੇ ਦੇ ਵਿੱਚ ਕੁਝ ਵਿਧਾਇਕ ਵੀ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਦਸ ਵੇਲੇ ਸੁਚਿਲ ਰਿੰਕੂ ਹੈ ਇਸ ਵੇਲੇ ਜਿਸ ਹਿਸਾਬ ਦੇ ਨਾਲ ਹੁਣ ਇਹ ਖਬਰਾਂ ਸਾਹਮਣੇ ਆਈਆਂ ਨੇ ਇਹਨਾਂ ਨੂੰ ਚੁਣ ਕੇ ਕਿਨ ਭੇਜਿਆ ਉਹ ਤਾਂ ਲੋਕਾਂ ਨੇ ਭੇਜਿਆ ਆਮ ਲੋਕ ਨੇ ਜਿਨ੍ਹਾਂ ਨੇ ਚੁਣ ਕੇ ਭੇਜਿਆ ਉੱਥੇ ਤੱਕ ਹੁਣ ਇਹ ਆਮ ਲੋਕਾਂ ਦੁਆਰਾ ਚੁਣੇ ਹੋਏ ਉਹ ਨੁਮਾਇੰਦੇ ਜਿਨ੍ਹਾਂ ਦੇ ਉੱਪਰ ਪੂਰੀ ਉਮੀਦ ਸੀ ਕਿ ਇਹ ਸਾਡੇ ਮਸਲੇ ਹੱਲ ਕਰਨਗੇ ਇਹ ਸਾਡੀਆਂ ਗੱਲਾਂ ਅੱਗੇ ਵੱਲ ਲੈ ਕੇ ਜਾਣਗੇ ਅੱਜ ਉਹ ਹੀ ਉਸ ਚਿੱਕੜ ਦੇ ਵਿੱਚ ਖੁੱਬੇ ਹੋਏ ਨੇ ਭ੍ਰਿਸ਼ਟਾਚਾਰੀ ਦਾ ਚਿੱਕੜ ਆਹੋ سنگੀਨ ਦੋਸ਼ ਨੇ ਜਿਹਦੇ ਵਿੱਚ ਖੁੱਬੇ ਹੋਏ ਨੇ ਕਿੱਦਾਂ ਨਿਕਲਣਾ ਪਤਾ ਨਹੀਂ ਪਰ ਜਦੋਂ ਇਹ ਖਬਰਾਂ ਸਾਹਮਣੇ ਆਈਆਂ ਜਦੋਂ ਇਹ ਅੰਕੜਾ ਸਾਹਮਣੇ ਆਇਆ ਤੇ ਹੈਰਾਨੀ ਹੁੰਦੀ ਹੈ ਕਿਉਂਕਿ ਲੋਕਾਂ ਦੇ ਕੋਲ EVM ਮਸ਼ੀਨਾਂ ਦੇ ਉੱਪਰ ਬਹੁਤੇ ਆਪਸ਼ਨ ਨਹੀਂ ਹੁੰਦੇ ਬਹੁਤੇ ਜਿਹੜੇ ਉਮੀਦਵਾਰ ਖੜੇ ਹੁੰਦੇ ਆ ਉਹਨਾਂ ਨੂੰ ਤਾਂ ਉੱਪਰਲੇ 3-4 ਦਾ ਹੀ ਪਤਾ ਹੁੰਦਾ ਹੁੰਦੇ ਤਾਂ ਥੱਲੇ ਤੱਕ ਕਈ ਉਮੀਦਵਾਰ ਨੇ EVM ਮਸ਼ੀਨਾਂ ਦੇ ਉੱਪਰ ਆਜ਼ਾਦ ਵੀ ਹੁੰਦਿਆ ਨੋਟਾ ਵੀ ਹੁੰਦਾ ਜਦੋਂ ਕਿਸੇ ਨੂੰ ਨਹੀਂ ਪਸੰਦ ਹੁੰਦਾ ਉਹ ਵੀ ਦਬ ਦਿੰਦੇ ਆ ਪਰ ਲੋਕਾਂ ਕੋਲ ਪਾਰਟੀ ਦੇ ਤੌਰ ਤੇ ਬਹੁਤੇ ਕਹਿ ਸਕਦੇ ਆ ਕਿ ਆਪਸ਼ਨ ਨਹੀਂ ਗੇ ਕੋਈ ਕਾਂਗਰਸ ਨੂੰ ਪਸੰਦ ਕਰਦਾ ਕੋਈ ਸ਼੍ਰੋਮਣੀ ਅਕਾਲੀ ਦਲ ਨੂੰ ਪਸੰਦ ਕਰਦਾ ਉੱਪਰਲੇ ਪਾਸੇ ਚੱਲ ਜੀਏ ਰਾਜਨੀਤਿਕ ਪਾਰਟੀਆਂ ਵੱਲ ਤਬੱਤਵਤ ਭਾਜਪਾ ਕਾਂਗਰਸ ਹੈ ਬਸਪਾ ਨਾਲ ਦੀ ਨਾਲ ਹੋਰ ਵੀ ਰਾਜਨੀਤਿਕ ਪਾਰਟੀਆਂ ਆਮਾਦੀ ਪਾਰਟੀ ਵੀ ਹੈਗੀ ਆ ਇਹਨਾਂ ਦੇ ਵਿੱਚੋਂ ਲੋਕਾਂ ਨੂੰ ਚੁਣਨਾ ਔਖਾ ਹੋ ਜਾਂਦਾ ਕਿ ਅਸੀਂ ਚੁਣੀਏ ਕਿਹਨੂੰ ਕਈ ਵਾਰ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਪਰ ਹੁਣ ਜਦੋਂ ਇਹ ਹੀ ਸਿਆਸਤਦਾਨ ਖੁੱਬੇ ਹੋਏ ਨੇ ਗੱਡੇ ਜਿਹਦਾ ਖੁੱਬਿਆ ਹੁੰਦਾ ਚਿੱਕੜ ਦੇ ਵਿੱਚ ਇਹਨਾਂ ਨੂੰ ਵਿੱਚੋਂ ਕੱਢਣਾ ਕਿੰਨਾ ਔਖਾ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਇਹਨਾਂ ਦੀ ਪ੍ਰਾਪਰਟੀ ਲਗਾਤਾਰ ਵਧਦੀ ਜਾ ਰਹੀ ਹੈ ਆਈਡੀਆ ਦੀ ਰਿਪੋਰਟ ਦੇ ਵਿੱਚ ਜੋ ਖੁਲਾਸੇ ਹੋਏ ਨੇ ਇਹ ਹੈਰਾਨ ਕਰਦੇ ਆ ਨਾਲ ਦੀ ਨਾਲ ਇਹਦੇ ਵਿੱਚ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਸਿਆਸਤਦਾਨਾਂ ਦੀ ਆਮਦਨ ਵੱਧ ਚੁੱਕੀ ਹੈ ਹੁਣ ਕਿਸੇ ਦੀ 53% ਦੀ ਵਧੀ ਕਿਸੇ ਦੀ 100% ਦੀ ਵਧੀ ਪੰਜਾਬ ਦੇ ਵਿੱਚ ਇੱਕ ਬੀਬਾ ਜੀ ਹੈਗੇ ਪਾਰਲੀਮੈਂਟ ਮੈਂਬਰ ਉਹਨਾਂ ਦੀ ਆਮਦਨ ਵੀ 168% ਦੀ ਵੱਧ ਗਈ ਹੈ ਹੁਣ ਇਹ ਆਮਦਨ ਕਿੱਦਾਂ ਵੱਧ ਜਾਂਦੀ ਹੈ ਜਿਹੜਾ ਬੰਦਾ ਗਰੀਬ ਹੈ ਉਹ ਗਰੀਬ ਹੁੰਦਾ ਜਾ ਰਿਹਾ ਰਿਕਸ਼ੇ ਵਾਲਾ ਰਿਕਸ਼ਾ ਚਲਾਉਂਦਾ ਉਹ ਤਾਂ ਕਿਸੇ ਕੋ 20 ਰੁਪਏ ਮੰਗ ਲਵੇ 30 ਰੁਪਏ ਮੰਗ ਲਵੇ ਤਾਂ ਉਹਨੂੰ ਕਹਿਣਾ ਸੀ ਦੇਣੇ 20 ਹੈ ਅਗਲੇ 20 ਹੁਣ ਮੰਗਦੇ ਨਹੀਂ ਕਹਿੰਦੇ ਸੀ ਉਹਨੂੰ ਪਤਾ 20 ਤੇ ਆਪੀ ਆ ਜਾਣਾ ਪਰ ਇਹਨਾਂ ਦੀ ਆਮਦਨ ਤਾਂ ਵੱਧ ਹੀ ਨਹੀਂ ਪਈ ਮਿਹਨਤ ਕਰਦੇ ਆ ਹੱਡ ਤੋੜ ਵੀ ਮਿਹਨਤ ਹੁੰਦੀ ਹੈ ਸਵੇਰੇ ਸ਼ੁਰੂ ਹੁੰਦੇ ਸ਼ਾਮ ਤੱਕ ਲੱਗੇ ਆ ਅਧਿਆਪਕ ਦੇਖ ਲਓ ਕਈ ਥਾਵਾਂ ਤੇ ਰੋਜ਼ ਪ੍ਰਦਰਸ਼ਨ ਕਰਦੇ ਆ ਤਨਖਾਹਾਂ ਵਾਜਣ ਆ ਕੁਸ਼ਕ ਪਟਵਾਰੀ ਵੀ ਲੱਗੇ ਪਏ ਆ ਵਕ ਵਕ ਵਿਭਾਗ ਵਿੱਚ ਹਰ ਬੰਦੇ ਨੂੰ ਹੁੰਦਾ ਕਿ ਸਾਡੀ ਤਨਖਾਹ ਦੇ ਵਿੱਚ ਵਾਧਾ ਹੋਵੇ ਪਰ ਐਨਾ ਨਹੀਂ ਹੁੰਦਾ ਜਿੰਨਾ ਸਿਆਸਤਦਾਨਾਂ ਦੀ ਆਮਦਨ ਦੇ ਵਿੱਚ ਹੁੰਦਾ ਹੈ ਆਮਦਨ ਹੀ ਕਹਿ ਸਕਦੇ ਆਸੀਂ ਪਰ ਲਗਾਤਾਰ ਇਹ ਹੋ ਰਿਹਾ ਵਾਅਦਾ ਲੱਗਦਾ ਪਿਆ ਕਿ ਤਨਾ ਕਿਤੇ ਪਾਸੇ ਵੱਖਰਾ ਹੀ ਉਹਨਾਂ ਨੂੰ ਇੱਕ ਕਤਾਰ ਦੇ ਵਿੱਚ ਲੈ ਕੇ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਦੌਰਾਨ ਲੋਕਾਂ ਕੋਲ ਆਪਸ਼ਨ ਨਹੀਂ ਕਿ ਕਿਸੇ ਨਾ ਕਿਸ ਨੂੰ ਚੁੜਨਾ ਹੀ ਹੈ ਪਰ ਜਦੋਂ ਇਹ ਖਬਰਾਂ ਆਉਂਦੀਆਂ ਕਿ ਗਿਣਤੀ ਵਧਦੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਆਪ ਹੀ ਕਿੰਨੇ ਖੁਸ਼ ਹੋ ਕੇ ਹਲਫਨਾਮੇ ਦੇ ਵਿੱਚ ਲਿਖਦੇ ਆ ਅੰਦਾਜ਼ਾ ਲਗਾਇਆ ਜਾਸ ਲੋਕ ਫਿਕਰਨ ਕੀ ਅੱਗੇ ਬਾਤਾਂ ਗੱਲ ਕਰਨੀ ਆ ਇਸ ਵੇਲੇ ਪਾਰਲੀਮੈਂਟ ਦੀ ਕਿਉਂਕਿ ਪਾਰਲੀਮੈਂਟ ਦਾ ਜ਼ਿਕਰ ਜਿਕਰ ਕਰਦੇ ਪਏ ਆ ਤੇ ਕਹਿੰਦੇ ਪਏ ਆ ਕਿ ਪਾਰਲੀਮੈਂਟ ਦੇ ਵਿੱਚ ਅੱਜ ਇੱਕ ਵੱਖਰੀ ਚਰਚਾ ਚੱਲਦੀ ਪਈ ਹੈ ਕਿ ਉੱਥੇ ਵਰਦੀ ਨਵੀਂ ਮਿਲਣੀ ਹੈ ਹੁਣ ਵਰਦੀ ਉੱਥੋਂ ਦੇ ਸਟਾਫ ਨੂੰ ਮਿਲਣੀ ਹੈ ਹੁਣ ਵਰਦੀ ਕਿਹੜੀ ਹੋਣੀ ਹੈ ਕੋਈ ਕਹਿੰਦਾ ਜੀ ਕਮੀਜ਼ ਹੈ ਉਹਦੇ ਉੱਪਰ ਕਮਲ ਦੇ ਫੁੱਲ ਹੋਣਗੇ ਖਾਕੀ ਰੰਗ ਦਾ ਵੀ ਜ਼ਿਕਰ ਆਉਂਦਾ ਜੇ ਵਿਚਾਰਚਾਰਾਂ ਨੂੰ ਦੇਖੀਏ ਤਵੇ ਖਾਕੀ ਰੰਗ ਦੀ ਵਿਚਾਰਤਰਾ ਕਿਤੇ ਸੰਗ ਦੇ ਵਿੱਚੋਂ ਤਾਂ ਨਹੀਂ ਨਿਕਲਦੀ ਪਈ ਤੇ ਜੇਕਰ ਭਗਵੇਂ ਰੰਗ ਦੀ ਗੱਲ ਕਰੀਓ ਪਰ ਕਮਲ ਦੇ ਫੁੱਲ ਦੀ ਗੱਲ ਕਰੀਏ ਤੇ ਫੇਕ ਰਾਜਨੀਤਿਕ ਪਾਰਟੀ ਵੱਲ ਇਸ਼ਾਰਾ ਦੋਹਾਂ ਦੇ ਵਿੱਚੋਂ ਕੁਝ ਵੀ ਹੋ ਸਕਦਾ ਉਹ ਕਹਿੰਦੇ ਜੀ ਸਾਡਾ ਰਾਸ਼ਟਰੀ ਫੁੱਲ ਹੈ ਇਸ ਕਰਕੇ ਅਸੀਂ ਕਮੀਜ਼ਾਂ ਦੇ ਉੱਪਰ ਲਗਾਇਆ ਕੋਈ ਰੋਕਦਾ ਨਹੀਂ ਕੋਈ ਚੱਕਰ ਨਹੀਂ ਕਿਉਂਕਿ ਬਹੁਮਤ ਹੈ ਤੁਹਾਡੇ ਕੋਲ ਕਾਲੂ ਜੇਕਰ ਕਿਸੇ ਨੇ ਵਿਰੋਧ ਕਰ ਦਿੱਤਾ ਵੀ ਤੁਸੀਂ ਪਾਰਲੀਮੈਂਟ ਦੇ ਵਿੱਚ ਮਤਾ ਲਿਆ ਕੇ ਪਾਸ ਕਰ ਦੇਣਾ ਤਾਂ ਵੀ ਤੁਹਾਡੀ ਗੱਲ ਬਣੀ ਜਾਣੀ ਹੈ ਪਰ ਮਸਲਾ ਇਹ ਹੈ ਕਿ ਹਰ ਚੀਜ਼ ਨੂੰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਹੁਣ ਤੱਕ ਜੁਪੀ ਦੇ ਸਮੇਤ ਕਈ ਇਸ ਤਰ੍ਹਾਂ ਦੇ ਸੂਬੇ ਨੇ ਜਿਨ੍ਹਾਂ ਦੀਆਂ ਥਾਵਾਂ ਦੇ ਨਾਮ ਬਦਲ ਦਿੱਤੇ ਗਏ ਨੇ ਇੱਕ ਇੱਕ ਕਰਕੇ ਨਾਮ ਬਦਲੇ ਜਾ ਰਹੇ ਨੇ ਕੁਝ ਵਿਸ਼ੇਸ਼ ਭਾਈਚਾਰਿਆਂ ਨਾਲ ਸੰਬੰਧਤ ਹਵਾਲਾ ਦਿੱਤਾ ਗਿਆ ਕੁਝ ਕਿ ਨਵੇਂ ਸਿਰਿਓ ਕਿਹਾ ਗਿਆ ਜੀ ਲੋਕਾਂ ਦੀ ਇਹ ਮੰਗ ਹੈ ਚਲੋ ਹੋ ਸਕਦਾ ਲੋਕਾਂ ਦੀ ਮੰਗ ਹੋਵੇ ਪਰ ਨਾਮ ਬਦਲਣ ਦੀ ਲੋੜ ਲੱਗਦੀ ਨਹੀਂ ਭਈ ਸੋਚ ਬਦਲਣ ਦੀ ਲੋੜ ਹੈ ਸੋਚ ਤਾਂ ਕੋਈ ਬਦਲਦਾ ਨਹੀਂ ਪਿਆ ਦੇਸ਼ ਦਾ ਨਾਮ ਬਦਲ ਕੇ ਕੀ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚੋਂ ਉਹ ਨਾਮ ਚਲਾ ਜਾਵੇਗਾ ਬਹੁਤ ਸਾਰੇ ਲੋਕ 1935 ਦੇ ਵਿੱਚ ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਬਣਦੀ ਹੈ ਉਸ ਤੋਂ ਬਾਅਦ ਜਦੋਂ 47 ਤੇ ਆਜ਼ਾਦੀ ਮਿਲਦੀ ਹੈ ਉਤੋਂ ਬਾਅਦ ਜਦੋਂ ਨੋਟਸ਼ਾਪਣੇ ਸ਼ੁਰੂ ਕੀਤੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਰਿਜ਼ਰਵ ਬੈਂਕ ਆਫ ਇੰਡੀਆ ਦਾ ਨਾਮ ਹੈ ਹੁਣ ਉਹ ਨਾਮ ਨੂੰ ਕੀ ਬਦਲਤਾ ਜਾਵੇਗਾ ਕਿ ਇੱਕ ਵਾਰ ਫਿਰ ਤੋਂ ਨੋਟਬੰਦੀ ਕੀਤੀ ਜਾਵੇਗੀ ਲੋਕ ਤਾਂ ਬਹੁਤ ਤਰ੍ਹਾਂ ਦੇ ਸਵਾਲ ਲੈ ਕੇ ਆਏ ਨੇ ਹੁਣ ਹਰ ਚੀਜ਼ ਦੇ ਵਨ ਨੇਸ਼ਨ ਦੀ ਗੱਲ ਚੱਲਦੀ ਪਈ ਹੈ ਵਨ ਨੇਸ਼ਨ ਵਨ ਇਲੈਕਸ਼ਨ ਹੁਣ ਭਾਰਤ ਦਾ ਨਾਮ ਵੀ ਇੰਡੀਆ ਦਾ ਭਾਰਤੀ ਦੇ ਵਿੱਚ ਵੀ ਲੋਕ ਭੰਬਲ ਪੂਸੇ ਵਿੱਚ ਨੇ ਚੁੰਡੀਆਂ ਵੱਟ ਕੇ ਦੇਖੀਆਂ ਜਾ ਰਹੀਆਂ ਨੇ ਕਿ ਕਿੱਥੇ ਕੋਈ ਆਹ ਦੀ ਆਵਾਜ਼ ਕੱਢਦਾ ਤੇ ਬਾਅਦ ਦੇ ਵਿੱਚ ਉੱਥੇ ਪਰ ਅੱਜ ਇੱਕ ਕੁਸ਼ਨ ਨਵਾਂ ਲੈ ਕੇ ਆਈਏ ਜਾਂ ਇਹ ਕਹ ਲਈਏ ਕਿ ਕੌਮੀ ਪੱਧਰ ਤੇ ਬਹੁਤ ਸਾਰੇ ਮੁੱਦੇ ਐ ਜਿਨ੍ਹਾਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਕਰੋੜਾਂ ਕਿ ਨੌਕਰੀ ਸ਼ਾਇਦ ਦਿੱਤੀ ਹੋਈਗੀ ਜਾਂ ਇੱਕ ਅੰਕੜਾ ਸਾਹਮਣੇ ਆਇਆ ਮਹਿੰਗਾਈ ਦਾ ਕਹਿੰਦੇ ਆ ਕਿ 5 ਕਰੋੜ ਨੌਕਰੀਆਂ ਦਿੱਤੀਆਂ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਚਲੋ ਬਹੁਤ ਚੰਗੀ ਗੱਲ ਐ ਪਰ ਜੇਕਰ ਪੂਰੇ ਦੇਸ਼ ਪੱਧਰ ਤੇ ਦੇਖਿਆ ਜਾਵੇ ਤੇ 5 ਕਰੋੜ ਨੌਕਰੀਆਂ ਤਾਂ ਕੁਝ ਵੀ ਨਹੀਂ ਗਈਆਂ ਇਹ ਤੋਂ ਵੱਧ ਤਾਂ ਬੰਦੇ ਰਿਟਾਇਰ ਹੋ ਗਏ ਆ ਤੇ ਜਿਨੇ ਰਿਟਾਇਰ ਹੋ ਗਏ ਆ ਉਹਨੀਆਂ ਨੌਕਰੀਆਂ ਹੈਗੀਆਂ ਤਾਂ ਹੈ ਨਹੀਂ ਗਿਆ ਤਾਂ ਬੰਦਾ ਕਰੇਗਾ ਕੀ ਹੁਣ ਜਦੋਂ ਇਹ ਚਰਚਾ ਚੱਲਦੀ ਪਈ ਹੈ ਕਿ ਪਾਰਲੀਮੈਂਟ ਦੇ ਵਿੱਚ ਸਟਾਫ ਹੈ ਸਟਾਫ ਦੀ ਵਰਦੀ ਬਦਲਦਣੀ ਹੈ ਤੇ ਇੱਥੇ ਵੀ ਕਈ ਤਰ੍ਹਾਂ ਦਾ ਰੌਲਾ ਚੱਲਦਾ ਪਿਆ ਜ਼ਰੂਰਤ ਕੀ ਇਸ ਚੀਜ਼ ਦੀ ਕੀ ਸਾਰਾ ਕੁਝ ਹੀ ਦੇਸ਼ ਦਾ ਬਦਲ ਦੇਣਾ ਹੈ ਕਿ ਸਾਰੇ ਨਾਮ ਬਦਲਦਾਣੇ ਨੇ ਹਰ ਇੱਕ ਚੀਜ਼ ਦਾ ਨਾਮ ਬਦਲ ਦਿੱਤਾ ਜਾਵੇਗਾ ਲੋਕ ਕਹਿੰਦੇ ਆ ਸੋਚ ਬਦਲਣ ਦੀ ਜ਼ਰੂਰਤ ਹੈ ਸੋ ਆਉਣ ਵਾਲੇ ਸਮੇਂ 'ਚ ਦੇਖਦੇ ਗੱਲ ਕਿੱਦਾਂ ਨੂੰ ਜਾਂਦੀ ਪਰ ਲੋਕ ਕੀ ਇਹਨੂੰ ਸਵੀਕਾਰ ਕਰਨਗੇ ਠੀਕ ਹੈ ਪਾਰਲੀਮੈਂਟ ਦੇ ਵਿੱਚ ਉਹ ਸਟਾਫ ਹੈ ਉਹਨਾਂ ਨੂੰ ਵਰਦੀ ਪੌਣੀ ਪੈਣੀ ਹੈ ਇੱਕ ਸਮਾਂ ਸੀ ਹਰ ਚੀਜ਼ ਕਹਿੰਦੇ ਆ ਅੰਗਰੇਜ਼ਾਂ ਨੇ ਦਿੱਤੀ ਸੀ ਤੇ ਉਹ ਸਾਰੀਆਂ ਸੋਚਾਂ ਨੂੰ ਅਸੀਂ ਬਦਲਣਾ ਪਰ ਵੱਡੀ ਗੱਲ ਇਹ ਹੈ 1947 ਤੋਂ ਬਾਅਦ ਅੱਜ ਤੱਕ ਕਿਸੇ ਸਿਆਸਤਦਾਨ ਨੂੰ ਇਹ ਜਾਦ ਕਿਉਂ ਨਹੀਂ ਆਇਆ ਇਹ ਜਾਦ ਉਦੋਂ ਹੀ ਕਿਉਂ ਆਇਆ ਜਦੋਂ ਇੱਕ ਵਿਰੋਧੀਆਂ ਦੀ ਟੀਮ ਉੱਠਦੀ ਹੈ ਇੱਕ ਗੱਠਜੋੜ ਬਣਾਉਂਦੇ ਆ ਉਹਦਾ ਨਾਮ ਇੰਡੀਆ ਰੱਖ ਦਿੱਤਾ ਜਾਂਦਾ ਇਹ ਉਦੋਂ ਹੀ ਜਾ ਕਿਉਂ ਆਇਆ ਹਾਲਾਂਕਿ ਅੱਜ ਵੀ ਇਸ ਚੀਜ਼ ਦਾ ਵਿਰੋਧ ਕਾਂਗਰਸ ਨੇ ਕੀਤਾ ਉਹ ਕਹਿੰਦੇ ਸਾਡੇ ਕੋਲ ਤਾਂ ਰਾਸ਼ਟਰੀ ਪੰਛੀ ਵੀ ਹੈਗਾ ਤੁਸੀਂ ਉਹਦੀ ਤਸਵੀਰ ਲਗਾ ਦਿਓ ਜੇ ਲਗਾਉਣੀ ਹੈ ਤੁਸੀਂ ਸਿਰਫ ਰਾਸ਼ਟਰੀ ਫੁੱਲ ਦੀ ਤਸਵੀਰ ਕਿਉਂ ਲਗਾ ਰਹੇ ਹੋ ਸਵਾਲ ਤਾਂ ਆਪਣੇ ਆਪ ਦੇ ਵਿੱਚ ਵੱਡਾ ਐਦਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਰਾਸ਼ਟਰ ਦੇ ਹਿੱਤ ਵਿੱਚ ਹੈਗੀਆਂ ਰਾਸ਼ਟਰ ਦੇ ਨਾਮ ਤੇ ਹੈਗੀਆਂ ਉਹ ਲਗਾਈਆਂ ਜਾ ਸਕਦੀਆਂ ਨੇ ਜੇ ਵੱਡੀ ਗੱਲ ਸੀ ਤੇ ਭਾਰਤ ਦੀ ਰਾਸ਼ਟਰੀ ਖੇਡ ਸੀਗੀ ਉਹਦੇ ਇਧਰਲੇ ਪਾਸੇ ਲਗਵਾਇਆ ਜਾ ਸਕਦਾ ਸੀ ਕੁਝ ਵੀ ਜੇਕਰ ਲਗਾਉਣਾ ਸੀ ਜਾਂ ਫਿਰ ਇਹ ਸਾਰਾ ਕੁਝ ਲਗਾ ਦਿੱਤਾ ਜਾਵੇਗਾ ਲੋਕ ਵੋਟਾਂ ਨਾਲ ਜੋੜ ਕੇ ਦੇਖ ਰਹੇ ਨੇ ਲੋਕ ਵੱਖਰੀਆਂ ਵੱਖਰੀਆਂ ਗੱਲਾਂ ਕਰਦੇ ਪਏ ਨੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਦੌਰਾਨ ਬਹੁਤ ਸਾਰੇ ਫੈਸਲਿਆਂ ਨੂੰ ਬਦਲਣਾ ਵੀ ਪਵੇ ਜੇਕਰ ਇਹਨਾਂ ਫੈਸਲਿਆਂ ਨੂੰ ਬਦਲਿਆ ਜਾਂਦਾ ਤਾਂ ਫਿਰ ਸਰਕਾਰ ਕੀਤੇ ਇਹ ਨਾ ਕਹਵੇ ਜੀ ਲੋਕ ਕਹਣਗੇ ਬੈਕਫੁੱਟ ਤੇ ਆ ਕੇ ਗੱਲ ਬੈਕਫੁੱਟ ਤੇ ਫਰੰਟਫੁੱਟ ਤੇ ਜਾਂ ਫਿਰ ਇਹ ਕਹ ਲਈਏ ਖੱਬੇ ਸੱਚੇ ਆਉਣ ਦੀ ਨਹੀਂ ਗਈ ਮਸਲਾ ਇਹ ਹੈ ਕਿ ਇਸ ਵੇਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਜਾਵੇ ਲੋਕ ਇਸ ਆਸ ਦੇ ਵਿੱਚ ਨੇ ਕਿ ਘਰਾਂ ਦੇ ਵਿੱਚ ਵਰਤੇ ਜਾਣ ਵਾਲੇ ਸਿਲੰਡਰ ਦਾ ਭਾ ਕਦੋਂ 600 ਰੁਪਏ ਹੋਵੇਗਾ ਕਿਉਂਕਿ ਅਸੀਂ ਜੇਕਰ ਕਹ ਲਈਏ 400 ਹੋ ਜਾਊਗਾ ਉਹ ਵੀ ਨਹੀਂ ਸਹੀ ਸਮੇਂ-ਸਮੇਤੇ ਮਾਹਰ ਵੀ ਕਹਿੰਦੇ ਆ ਕਿ ਮਹਿੰਗਾਈ ਦੇ ਹਿਸਾਬ ਦੇ ਨਾਲ ਹਰ ਸਾਲ ਕੀਮਤਾਂ ਵੱਧਦੀਆਂ ਨੇ ਥੋੜਾ ਬਹੁਤਾ ਤਨਖਾਹ ਦੇ ਵਿੱਚ ਭੱਤਾ ਵੀ ਵੱਧਦਾ ਪਰ ਜੇਕਰ ਅਸੀਂ ਇਹ ਕਹਿ ਦਈਏ ਕਿ 400 ਰੁਪਏ ਤੋਂ ਕੀਮਤ ਸਿੱਧੀ 1200 ਰੁਪਏ ਹੋ ਜਵੇ ਇੰਨਾ ਵੀ ਨਹੀਂ ਮਾਹਰ ਕਹਿੰਦੇ ਪਏ 400 ਤੋਂ 600 ਤਾਂ ਹੋ ਸਕਦੀ ਹੈ ਪਰ 600 ਕੀਮਤ ਦੁਆਰਾ ਕਦੋਂ ਆਵੇਗੀ ਆਵੇਗੀ ਕਿ ਨਹੀਂ ਇਹ ਸਾਨੂੰ ਪਤਾ ਨਹੀਂ ਪਰ ਇਸ ਵੇਲੇ ਕਾਂਗਰਸ ਦੇ ਬਹੁਤ ਸਾਰੇ ਸਿਆਸਤਦਾਨ ਕਹਿਣ ਲੱਪੇ ਤੁਸੀਂ ਚਿੰਤਾ ਨਾ ਕਰੋ ਅਮਦ ਪਰਦੇਸ਼ ਦੇ ਵਿੱਚ ਚੋਣਾ ਨਾ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਇਹਨਾਂ ਨੇ ਤਾਂ ਫ੍ਰੀ ਸਿਲੰਡਰ ਵੀ ਦੇ ਦੇਣੇ ਆ ਗੱਲ ਸਿਲੰਡਰ ਫ੍ਰੀ ਦੇਣ ਦੀ ਨਹੀਂ ਗਈ ਦੇ ਦੇਣਗੇ ਬਹੁਤ ਪੈਸੇ ਹੈਗੇ ਆ ਗੈਸ ਕਿਨ ਕੋ ਰਾਖ ਦੇਣੀ ਵਿੱਚ ਰੋਲਾ ਤਾਂ ਗੈਸ ਦਾ ਨਾ ਇੱਕ ਵਾਰੀ ਸਿਲੰਡਰ ਤੁਸੀਂ ਦੇ ਦੋਗੇ ਯੋਜਨਾ ਪਹਿਲਾਂ ਵੀ ਉਜਵਲ ਯੋਜਨਾ ਸ਼ੁਰੂ ਕੀਤੀ ਸੀ ਉਹਦੇ ਵਿੱਚ ਵੀ ਔਰਤਾਂ ਨੂੰ ਗੈਸ ਸਿਲੰਡਰ ਦਿੱਤੇ ਸੀ ਪਰ ਰੋਲਾ ਕਿੱਥੋਂ ਪੈ ਗਿਆ ਸੀਗਾ ਪੈਟਰੋਲ ਪੰਪ ਤੇ ਜਦੋਂ ਤਸਵੀਰਾਂ ਹੋਲਡਿੰਗ ਬੋਰਡ ਲਗਾ ਦਿੱਤੇ ਗਏ ਸੀ ਉਦੋਂ ਉਹ ਬੀਬੀ ਜੀ ਕਹਿੰਦੇ ਸਾਨੂੰ ਤਾਂ ਪਤਾ ਤੱਕ ਨਹੀਂ ਇਦਾਂ ਦੀ ਕੋਈ ਵੀ ਗੱਲ ਦਾ ਆਹ ਫੋਟਾਂ ਦੇਖ ਕੇ ਲੋਕਾਂ ਨੇ ਦੱਸਿਆ ਚਲੋ ਇਹ ਵੀ ਗੱਲਾਂ ਹੁੰਦੀਆਂ ਨੇ ਇੱਕ ਚਰਚਾ ਉਹ ਵੀ ਚੱਲੀ ਸੀ ਇੱਕ ਪਰਿਵਾਰ ਨੇ ਦੱਸਿਆ ਕਿ ਸਿਲੰਡਰ ਤਾਂ ਅਸੀਂ ਲੈ ਲਿਆ ਪਰ ਗੈਸ ਪਰ ਰੋਣ ਲਈ ਵਿੱਚ ਪੈਸੇ ਹੈ ਨਹੀਂ ਗੇ ਇਸ ਕਰਕੇ ਉਹ ਸਿਲੰਡਰ ਪਿਆ ਆ ਉਹਦੇ ਉੱਪਰ ਪਾਥੀਆਂ ਪਈਆਂ ਸੀਗੀਆਂ ਹੁਣ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਤਾਂ ਲੋਕ ਟਰੋਲ ਵੀ ਕਰਦੇ ਮਜ਼ਾਕ ਵੀ ਕਰਦੇ ਆ ਪਰ ਹੁਣ ਬਹੁਤ ਕੁਝ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਆਉਂਦੇ ਦਿਨਾਂ ਨੂੰ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਉਸੇ ਸੈਸ਼ਨ ਤੋਂ ਪਹਿਲਾਂ ਹੋ ਸਕਦਾ ਹੈ ਕਿ ਨਵੀਂ ਪਾਰਲੀਮੈਂਟ ਦਾ ਉਦਘਾਟਨ ਕੀਤਾ ਜਾਵੇ ਤੇ ਉਹਦੇ ਵਿੱਚ ਇਹ ਸਾਰੇ ਫੈਸਲੇ ਲੇਜਾਂ ਸੋ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਪਰ ਇੰਨਾ ਜ਼ਰੂਰ ਹੈ ਜਿਸ ਤਰ੍ਹਾਂ ਦੇ ਵੀ ਹਾਲਾਤ ਬਣ ਲੱਗਦਾ ਪਿਆ ਕਿ ਕੁਝ ਵੱਖਰਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਪਰਮਾਉਣ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਇਹ ਯਤਨ ਕੀਤਾ ਜਾ ਰਿਹਾ ਸੋ ਦੇਖਦੇ ਹਾਂ ਯਤਨ ਕਿੰਨੇ ਕਾਮਯਾਬ ਹੁੰਦੇ ਨੇ ਅੱਗੇ ਵਧਦੇ ਹਾਂ ਗੱਲ ਕਰਨੀ ਹੈ ਇਸ ਵੇਲੇ ਅ ਇੱਕ ਦੇਸ਼ ਇੱਕ ਵੋਟਾਂ ਸੂਚੀ ਦੀ ਕਿਉਂਕਿ ਚਰਚਾ ਇਹ ਵੀ ਚੱਲਦੀ ਪਈ ਹੈ ਕਿ ਇਸ ਵੇਲੇ ਇੱਕ ਦੇਸ਼ ਤੇ ਇੱਕ ਚੋਣ ਦੀ ਗੱਲ ਚੱਲਦੀ ਹੈ ਹਾਲਾਂਕਿ ਇਹ ਕੰਮ ਇੰਨਾ ਸੌਖਾ ਨਹੀਂਗਾ ਜਿੰਨਾ ਮੰਨਿਆ ਜਾ ਰਿਹਾ ਹੈ ਇੱਕ ਦੇਸ਼ ਦੇ ਵਿੱਚ ਇੱਕੋ ਵਾਰੀ ਚੋਣ ਕਰਉਣੀ ਲੱਖਾਂ ਦਾ ਕਰੋੜਾਂ ਦਾ ਅਰਬਾਂ ਖਰਬਾਂ ਰੁਪਏ ਦਾ ਖਰਚ ਆਉਣਾ ਅਸੀਂ ਇੱਕ ਦਿਨ ਇਸ ਪਲੇਟਫਾਰਮ ਤੇ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ EVM ਮਸ਼ੀਨਾਂ ਉਹਨਾਂ ਦੀ ਗਿਣਤੀ ਵੀ ਵਾਧੂ ਚਾਹੀਦੀ ਹੈ ਪਿਛਲੇ ਦਿਨ ਇੱਕ ਰਿਪੋਰਟ ਸਾਹਮਣੇ ਆਈ ਸੀ ਉਹ ਕਹਿੰਦੇ 34 ਤੋਂ 35 ਲੱਖ ਘੱਟ ਤੋਂ ਘੱਟ ਸਾਨੂੰ ਮਸ਼ੀਨਾਂ ਚਾਹੀਦੀਆਂ EVM ਮਸ਼ੀਨਾਂ ਹੁਣ ਜੇਕਰ 34 35 ਲੱਖ EV ਮਸ਼ੀਨਾਂ ਚਾਹੀਦੀਆਂ ਤਾਂ ਇਹਦਾ ਮਤਲਬ ਹੈ ਕਿ ਇੰਨੀ ਜਲਦੀ ਤਿਆਰ ਹੋ ਜਾਣਗੀਆਂ ਜਿੰਨੇ ਕੁ ਪੈਸੇ ਹੈਗੇ ਆ ਪੈਸੇ ਦਾ ਚਲੋ ਨਹੀਂ ਜਿੰਨੀ ਕੁ ਸਮਰੱਥਾ ਹੈਗੀ ਆ ਉਹਦੇ ਹਿਸਾਬ ਦੇ ਨਾਲ ਤਾਂ 2027 ਤੋਂ ਪਹਿਲਾਂ ਤਿਆਰ ਨਹੀਂ ਹੁੰਦੀਆਂ ਕਹਿੰਦੇ ਪਰ 2-3 ਦਿਨ ਇਸ ਐਲਾਨ ਤੋਂ ਬਾਅਦ ਜਦੋਂ ਚੋਣ ਕਮਿਸ਼ਨਰ ਦਾ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਉਹ ਪਤਾ ਕੀ ਕਹਿੰਦੇ ਉਹ ਕਹਿੰਦੇ ਆ ਕਿ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਜੇਕਰ ਸਰਕਾਰ ਅੱਜ ਕਹੇ ਤਾਂ ਵੋਟਾਂ ਕਰਵਾਈਆਂ ਜਾ ਸਕਦੀਆਂ ਨੇ ਹੁਣ ਇਹਦਾ ਮਤਲਬ ਹੈ ਕਿ ਅੰਦਰ ਖਾਤੇ EVM ਮਸ਼ੀਨਾਂ ਤਿਆਰ ਨੇ ਹੁਣ ਇਹਦਾ ਮਤਲਬ ਹੈ ਕਿ ਸਰਕਾਰ ਨੇ ਪਹਿਲਾਂ ਹੀ ਤਿਆਰੀਆਂ ਕਰਨੀਆਂ ਪਟਾਕਾਬਾਦ ਚ ਪਾਇਆ ਕੁਝ ਵੀ ਹੋ ਸਕਦਾ ਜਾਂ ਫਿਰ ਇਹ ਹੋ ਸਕਦਾ ਕਿ ਇੱਕ ਲੁਕੋ ਕੇ ਰੱਖਿਆ ਗਿਆ ਪੰਜਾਬੀ ਚ ਕਹ ਲਈਏ ਤੇ ਢੰਡ ਕੱਢ ਕੇ ਰੱਖਿਆ ਗਿਆ ਸੀ ਇਸ ਗੱਲ ਤੋਂ ਕਿਉਂਕਿ ਇਹ ਤਾਂ ਖਬਰ ਹੀ ਨਹੀਂ ਕਦੀ ਸਾਹਮਣੇ ਇੱਕ EVM ਮਸ਼ੀਨਾਂ ਹੋਰ ਵੀ ਬਣਾਉਣੀਆਂ ਦਿੱਤੀਆਂ ਹੁਣ ਜਦੋਂ ਆਂਧਰਾ ਪ੍ਰਦੇਸ਼ ਪੰਜਾਬ हिमाचल प्रदेश यूपी छत्तीसगढ़ राजस्थान ਹੋਰ ਸਾਰੇ ਸੂਬਿਆਂ ਦੇ ਵਿੱਚ ਇੱਕ ਵਾਰ ਚੋਣਾਂ ਕਰਵਾ ਦੇਣੀਆਂ ਤਾਂ ਖਰਚਾ ਬਹੁਤ ਹੋਣਾ। ਅਨੁਮਾਨ ਕੀ ਕਹਿੰਦਾ ਹੈ? 2019 ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਲਈ ਪਾਰਟੀਆਂ ਨੇ 6600 ਕਰੋੜ ਰੁਪਏ ਖਰਚ ਕੀਤੇ ਆ ਇਕੱਠੇ ਕੀਤੇ ਸੀਗੇ। ਖਰਚ 2600 ਕਰੋੜ ਰੁਪਏ ਆਇਆ। ਸਾਰੀਆਂ ਚੋਣਾਂ ਇੱਕ ਵਾਰ ਜੇ ਕਰਵਾ ਲੈਣ ਤਾਂ 10 ਲੱਖ ਕਰੋੜ ਰੁਪਏ ਤੱਕ ਇਹਦਾ ਖਰਚਾ ਆ ਸਕਦਾ। 10 ਲੱਖ ਕਰੋੜ ਹੁਣ ਦੂਸਰੇ ਪਾਸੇ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ 'ਚ 1 ਲੱਖ 20 ਹਜ਼ਾਰ ਕਰੋੜ ਰੁਪਏ ਦਾ ਖਰਚਾ ਆਉਣ ਦੀ ਸੰਭਾਵਨਾ ਦੇਸ਼ ਵਿੱਚ ਵਿਧਾਨ ਸਭਾ ਚੋਣਾਂ ਜੇਕਰ ਇੱਕੋ ਵਾਰ ਲੜੀਆਂ ਜਾਣ ਤਾਂ 3 ਲੱਖ ਕਰੋੜ ਰੁਪਏ ਖਰਚਾ ਇੱਥੇ ਵੀ ਆਉਣਾ ਹੁਣ ਇੱਕ ਪਾਸੇ ਹੋਰ ਦੇਖੋ ਕੁੱਲ ਵਿਧਾਨ ਸਭਾ ਦੀਆਂ 4500 ਸੀਟਾਂ ਇਸ ਵੇਲੇ ਜੇਕਰ ਨਗਰ ਨਿਗਮ ਦੀਆਂ ਚੋਣਾਂ ਵੀ ਕਰਵਾ ਲਈਆਂ ਜਾਣ ਤਾਂ ਫਿਰ ਵੀ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਖਰਚਾ ਆ ਸਕਦਾ ਹੈ ਉਤੋਂ ਬਾਅਦ 500 ਸੀਟਾਂ ਇਹ ਵੀ ਹੈਗੀਆਂ ਜੇਕਰ ਜ਼ਿਲ੍ਹਾ ਪ੍ਰੀਸ਼ਦ ਦੀਆਂ 650 ਸੀਟਾਂ ಗ್ರಾಮ ਪੰਚਾਇਤ ਦੀਆਂ 2.5 ਲੱਖ ਸੀਟਾਂ ਦੇ ਨਾਲ ਹੀ ਹੋ ਜਾ ਸਾਰਾ ਕੁਝ ਤਾਂ 4.5 ਲੱਖ ਕਰੋੜ ਰੁਪਏ ਦਾ ਖਰਚਾ ਇੱਤੇ ਆ ਸਕਦਾ 4.5 ਲੱਖ ਹਜ਼ਾਰ ਕਰੋੜ ਦਾ ਹੁਣ ਇਹ ਖਰਚਾ ਥੋੜਾ ਨਹਿਗਾ ਖਰਚਾ ਬਹੁਤ ਜ਼ਿਆਦਾ ਪਰ ਮਸ਼ੀਨਾਂ ਵੀ ਜਿਹੜੀਆਂ ਸੀਗੀਆਂ ਕਹਿੰਦੇ ਪਏ ਐ ਕਿ ਉਹ ਤਿਆਰ ਕਰਵਾਲੀਆਂ ਅੰਦਰ ਖਾਤੇ ਜੇਕਰ ਹੈਗੇ ਐ ਇਦਾਂ ਦਾ ਸਾਨੂੰ ਨਹੀਂ ਪਤਾ ਹੋਈਆਂ ਜਾਂ ਨਹੀਂ ਹੋਣੀਆਂ ਜੇਕਰ ਇਦਾਂ ਦਾ ਰੌਲਾ ਹੈਗਾ ਤੇ ਫੇਰ ਮੰਨ ਕੇ ਚੱਲੋ ਕਿ ਸਰਕਾਰ ਦੀ ਪੂਰੀ ਤਿਆਰੀ ਹੈ ਆਉਂਦੇ ਸਮੇਂ ਕਿਸੇ ਵੇਲੇ ਵੀ ਸਿਆਸੀ ਪਟਾਕਾ ਪੈ ਸਕਦਾ ਪਰ ਅੰਦਰਲੇ ਪਾਸੇ ਇਹ ਕੁਸਰਮੁਸਰ ਜੀ ਹੋਣੀ ਸ਼ੁਰੂ ਹੋ ਗਈ ਹੈ ਗੱਲਾਂ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਦੇਖਦੇ ਆ ਆਉਂਦੇ ਦਿਨਾਂ ਨੂੰ ਗੱਲ ਕਿੱਧਰ ਨੂੰ ਜਾਂਦੀ ਹੈ ਪਰ ਨਾਲ ਦੀ ਨਾਲ ਜਿਹੜੀ ਨਵੀਂ ਗੱਲ ਹੈ ਹੁਣ ਕਹਿੰਦੇ ਪਏ ਇੱਕ ਦੇਸ਼ ਤੇ ਇੱਕ ਵੋਟਰ ਸੂਚੀ ਹੋਣੀ ਚਾਹੀਦੀ ਹੈ ਚਲੋ ਇੱਕ ਗੱਲ ਤੇ ਕੁਸ਼ਕ ਲੋਕ ਕੁਸ਼ਕ ਮਾਹਰ ਕਹਿੰਦੇ ਇਹ ਚੰਗਾ ਹੋ ਜਾਏਗਾ ਕਿਉਂਕਿ ਵੱਖ-ਵੱਖ ਚੋਣਾਂ ਦੇ ਵਿੱਚ ਵੱਖ-ਵੱਖ ਸੂਚੀਆਂ ਨੇ ਇੱਕ ਪੰਗਾ ਖਤਮ ਹੋ ਜਾਏਗਾ ਪਰ ਇੱਕ ਪੰਗਾ ਖਤਮ ਕਰਨ ਦੇ ਲਈ ਦੂਸਰੇ ਪਾਸੇ ਜਿਹੜੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਸ਼ਾਇਦ ਇਥੋਂ ਪਿੱਛੇ ਜਾਂ ਫਿਰ ਸਰਕਾਰ ਨੂੰ ਥੋੜਾ ਜਿਹਾ ਪੈਰ ਪਿੱਛੇ ਵੱਲ ਖਿੱਚਣਾ ਪਵੇ ਇਹ ਆਉਣ ਵਾਲਾ ਸਮਾਂ ਦੱਸੇਗਾ ਇਦਾਂ ਹੋਵੇਗਾ ਜਾਂ ਫਿਰ ਨਹੀਂ ਕਿਉਂਕਿ ਜ਼ਰੂਰੀ ਇਹੀ ਹੈ ਕਿ ਧਿਆਨ ਇੱਧਰ ਦਿੱਤਾ ਜਾਵੇ ਪਰ ਨਹੀਂ ਧਿਆਨ ਇੱਧਰ ਦਿੱਤਾ ਨਹੀਂ ਜਾ ਰਿਹਾ ਲੋਕ ਨੇ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਮਨੀਪੁਰ ਦੀ ਗੱਲ ਵੀ ਕਰਨੀ ਹੈ ਕਿਉਂਕਿ ਮਨੀਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਲਾਤ ਬਦਲਦੇ ਨਜ਼ਰ ਆ ਰਹੇ ਨੇ ਮਨੀਪੁਰ ਚ ਪਿਛਲੇ 1 ਹਫਤੇ ਦੇ ਦੌਰਾਨ 8 ਮੌਤਾਂ ਹੋ ਚੁੱਕੀਆਂ ਨੇ 8 ਮੌਤਾਂ ਹੁਣ 8 ਮੌਤਾਂ ਦਾ ਕਾਰਨ ਕੀ ਸੀਗਾ ਉੱਥੇ ਹਿੰਸਕ ਝੜਪ ਅੰਦਰ ਖਾਤੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਉੱਥੇ ਕੁਛ ਕੰਮ ਰੁਕਿਆ ਨਹੀਂ ਚੱਲਦਾ ਪਿਆ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ ਸੀ ਢਿੱਲ ਦੇ ਦੌਰਾਨ ਵੀ ਲੋਕ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰਦੇ ਰਹੇ ਪਿਛਲੇ ਹਫਤੇ ਤਾ 24 ਘੰਟੇ ਦਾ ਕਰਫਿਊ ਲੱਗਿਆ ਹੋਇਆ ਸੀ ਲੋਕ ਉਹਨਾਂ ਦਿਨਾਂ ਦੇ ਦੌਰਾਨ ਵੀ ਕਰਫਿਊ ਦੇ ਦੌਰਾਨ ਵੀ ਰੋਸ ਪ੍ਰਦਰਸ਼ਨ ਕਰਦੇ ਰਹੇ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਗਿਆ ਕਈ ਲੋਕ ਜ਼ਖਮੀ ਹੋਏ ਇੱਕ ਮੌਤ ਇਸ ਦਿਨ ਹੋ ਰੌਲਾ ਰੱਪਾ ਵਧ ਗਿਆ ਉਥੋਂ ਦੇ ਮੁੱਖ ਮੰਤਰੀ ਜਿਹੜੇ ਅਜੇ ਤੱਕ ਬਹੁਤੇ ਗੰਭੀਰ ਨਜ਼ਰ ਨਹੀਂ ਆਉਂਦੇ ਸ਼ਾਇਦ ਹੋਣਗੇ ਵੀ ਆਪਣੇ ਇਲਾਕੇ ਦੇ ਵਿੱਚ ਪਰ ਲੋਕ ਕਹਿੰਦੇ ਇੰਨੇ ਅਜੇ ਤੱਕ ਗੰਭੀਰ ਨਹੀਂ ਕਿ ਜਿੰਨੇ ਹੋਣਾ ਚਾਹੀਦਾ ਹੁਣ ਉਹਨਾਂ ਦਾ ਮਾਮਲਾ ਕੁਝ ਹੋਰ ਹੈ ਕੁਝ ਕਿ ਮੀਡੀਆ ਦੇ ਅਦਾਰਿਆਂ ਨੇ ਕੁਝ ਕਿ ਸੰਸਥਾਵਾਂ ਨੇ ਆਪਣੇ ਪੱਧਰ ਤੇ ਜਦੋਂ ਇਹ ਖਬਰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਕੀ ਕੁਝ ਚੱਲ ਰਿਹਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰ ਦਿੱਤੀ ਗਈ ਹੈ ਚਰਚਾ ਚੱਲਦੀ ਪਈ ਸੀਗੀ ਐਡੀਟਰ ਗਿਲਦ ਦਾ ਮਾਮਲਾ ਸਭ ਨੂੰ ਪਤਾ ਹੈ ਹੁਣ ਜਿਸ ਹੱਬ ਦੇ ਨਾਲ ਚਾਰ ਜਣਿਆਂ ਦੇ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤਰ੍ਹਾਂ ਪਹਿਲਾਂ ਵੀ ਹੁੰਦਾ ਆਇਆ ਕੁਝ ਲੋਕ ਹੋਣੇ ਜੋ ਸਿਹਰਦਤਾ ਨਾਲ ਪੱਤਰਕਾਰੀ ਕਰਦੇ ਆ ਕੁਝ ਉਹ ਲੋਕ ਨੇ ਜਿਨ੍ਹਾਂ ਦੀ ਪੱਤਰਕਾਰੀ ਸਾਫ਼ ਹੁੰਦੀ ਹੈ ਜੋ ਚਾਹੁੰਦੇ ਨੇ ਕਿ ਜ਼ਮੀਨੀ ਪੱਧਰ ਤੇ ਜੋ ਕੁਝ ਹੋ ਰਿਹਾ ਉਹ ਦਿਖਾਇਆ ਜਾਵੇ ਉਹ ਗਰਾਊਂਡ ਰਿਪੋਰਟ ਕਰਨਾ ਚਾਹੁੰਦੇ ਨੇ ਪਰ ਕਿਸੇ ਵੇਲੇ ਸਮੇਂ ਦੀਆਂ ਤਾਕਤਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਹੁੰਦੀ ਉਹਨਾਂ ਨੂੰ ਹੁੰਦਾ ਕਿ ਜੋ ਅਸੀਂ ਕਹੀਏ ਉਹੀ ਹੋਵੇ ਇਦਾਂ ਦੇ ਬਹੁਤ ਸਾਰੇ ਹੈਗੇ ਆ ਲੋਕ ਹੋ ਸਕਦਾ ਉਹਨਾਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਪਰ ਐਡੀਟਰ ਗिल्ਡ ਦੇ ਮਸਲੇ ਦੇ ਵਿੱਚ ਹੁਣੇ ਮਾਮਲਾ ਅਦਾਲਤ ਵਿੱਚ ਸਿਖਰਲੀ ਅਦਾਲਤ ਵਿੱਚ ਹੈ ਉਹਨਾਂ ਨੇ ਸਾਰੇ ਤਰ੍ਹਾਂ ਦੀ ਕਾਰਵਾਈ ਤੇ ਰੋਕ ਲਗਾਈ ਹੋਈ ਹੈ ਨਾ ਗ੍ਰਿਫਤਾਰੀ ਹੋਏਗੀ ਪਰ ਰੌਲਾ ਬਹੁਤ ਵੱਡੇ ਪੱਧਰ ਤੇ ਪੈ ਗਿਆ ਦਰਅਸਲ ਅੱਜ ਮੀਡੀਆ ਦੇ ਕੁਸ਼ਕ ਅਦਾਰਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕੱਲੇ ਸੂਬਿਆਂ ਪੱਧਰ 'ਤੇ ਨਹੀਂ ਕਾਰਵਾਈ ਹੋ ਰਹੀ। ਇਹ ਵਿਸ਼ਵ ਪੱਧਰ 'ਤੇ ਕਾਰਵਾਈ ਹੋ ਰਹੀ ਹੈ। ਵਿਸ਼ਵ ਦੇ ਵਿੱਚ ਕਈ ਪੱਤਰਕਾਰਾਂ 'ਤੇ ਹਮਲੇ ਹੋ ਜਾਂਦੇ ਆ। ਵਿਸ਼ਵ ਦੇ ਵਿੱਚ ਕਈ ਪੱਤਰਕਾਰ ਮਾਰੇ ਜਾਂਦੇ ਨੇ। ਦੋ ਦਿਨ ਰੌਲਾ ਪੈਂਦਾ ਤੀਜੇ ਦਿਨ ਅਖਬਾਰ ਦੀ ਸੁਰਖੀ ਬਣ ਕੇ ਰਹਿ ਜਾਂਦੀ ਆ ਉਹਨਾਂ ਦੀ ਮੌਤ ਦੀ ਖਬਰ। ਹੁੰਦਾ ਕੀ ਹੈ ਕੁਝ ਵੀ ਨਹੀਂ। ਪਰ ਹੁਣ ਜਿਸ ਹਿਸਾਬ ਦੇ ਨਾਲ ਐਡੀਟਰਸ ਗਿਲਡ ਦੇ ਮਾਮਲੇ ਵਿੱਚ ਉਹਨਾਂ ਨੂੰ ਕਿਹਾ ਕਿ ਨਹੀਂ ਝੂਠੀ ਰਿਪੋਰਟ ਦਿੰਦੀ ਹੈ, ਇੱਕ ਪੱਖ ਹੀ ਦਿਖਾਤਾ। ਇਹਨਾਂ ਨੇ ਤਾਂ ਇੱਕ ਸਮਾਜ ਦੇ ਵਿੱਚ ਨਫ਼ਰਤ ਫਲਾਉਣ ਦੀ ਕੋਸ਼ਿਸ਼ ਕੀਤੀ ਹਿੰਸਾ ਹੀ ਤਾਂ ਹੋਈ ਸੀ ਸ਼ੁਰੂ ਸਾਨੂੰ ਨਹੀਂ ਪਤਾ ਇਹ ਸੱਚ ਹੈ ਜਾਂ ਨਹੀਂ ਪਰ ਜੇਕਰ ਰੌਲਾ ਤੇ ਵਿੱਚ ਸਿਖਰ ਦੀ ਅਦਾਤ ਨੂੰ ਰੋਕ ਕਿਉਂ ਲਗਾਉਣੀ ਪੈਗੀ ਅਚਾਨਕ ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜੀ ਤਾਂ ਹੈਗੀ ਹੈ ਪਰ ਹੁਣ ਵੀ ਮਨੀਪੁਰ ਦੇ ਵਿੱਚ ਹਾਲਾਤ ਉਸੇ ਤਰ੍ਹਾਂ ਦੇ ਅਜੇ ਵੀ ਬਹੁਤ ਕੁਝ ਠੀਕ ਨਹੀਂ ਹੋਇਆ ਅਜੇ ਤੱਕ ਵੀ ਕਈ ਕੁਝ ਚੱਲਦਾ ਪਿਆ ਉਹਨੂੰ ਜੇਕਰ ਕੰਟਰੋਲ ਕਰਨਾ ਉਹਨੂੰ ਜੇਕਰ ਰੋਕਣਾ ਤਾਂ ਆਉਣ ਦੇ ਦਿਨਾਂ ਨੂੰ ਉੱਥੇ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਸਾਡੇ ਦੇਸ਼ ਦੇ ਉੱਚ ਸਿਆਸਤਦਾਨ ਵਿਦੇਸ਼ੀ ਦੌਰਿਆਂ ਤੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਕਈ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਿਆ ਇਹਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਹੋ ਗਿਆ ਪਰ ਲੋਕ ਕਹਿੰਦੇ ਮਨੀਪੁਰ ਤੱਕ ਨਹੀਂ ਪਹੁੰਚ ਹੋਇਆ ਗੱਲਾਂ ਤਾਂ ਸਹੀ ਐ ਚਲੋ 2024 ਤੋਂ ਪਹਿਲਾਂ ਇੱਕ ਢੇੜਾ ਤਾਂ ਜ਼ਰੂਰ ਲੱਗੇਗਾ ਉਹ ਇਸ ਕਰਕੇ ਵੀ ਹੋ ਸਕਦਾ ਲੋਕਾਂ ਦੀ ਹਮਦਰਦੀ ਲਈ ਵੀ ਹੋ ਸਕਦਾ ਅਜੇ ਨਾਂ ਸੀ 2-3 ਮਹੀਨਿਆਂ ਨੂੰ ਫਿਰ ਸੀ ਲੱਗੇਗਾ ਜ਼ਰੂਰ ਪਰ ਹੁਣ ਨਹੀਂ ਵੋਟਾਂ ਦੇ ਨਜ਼ਦੀਕ ਫਿਰ ਦੇਖਿਓ ਰਾਹਤ ਪੈਕੇਜ ਆਉਂਦੇ ਇਹਨਾਂ ਨੇ ਤਾਂ ਕਹਿਣਾ ਸੀ ਪੁਲ ਬਣਾ ਦਾਂਗੇ ਉੱਥੇ ਇਹਨਾਂ ਨੇ ਤਾਂ ਕਹਿਣਾ ਸਫਾਈ ਕਰ ਦਾਂਗੇ ਜੇਕਰ ਨਹਿਰਾ ਵਗਦੀਆਂ ਤਾਂ ਫਿਰ ਵੱਡੇ ਵੱਡੇ ਹਾਈਵੇ ਉੱਥੇ ਕਹਿਣਾ ਸੀ ਨਿਰਮਾਣ ਕਰ ਦਾਂਗੇ ਤੁਹਾਡਾ ਪਰ ਜਿਹੜਾ ਨੁਕਸਾਨ ਹੋਣ ਹੋ ਰਿਹਾ ਉਹ ਨਵੇਂ ਬਣੇ ਹਾਈਵੇ ਦੇ ਨਾਲ ਪੂਰਤੀ ਪੂਰੀ ਨਹੀਂ ਹੋਣੀ ਜਿਹੜਾ ਨੁਕਸਾਨ ਹੋਣ ਹੋ ਰਿਹਾ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਲੋਕਾਂ ਦੇ ਵਿੱਚ ਨਫ਼ਰਤ ਫੈਲਦੀ ਜਾ ਰਹੀ ਹੈ ਪਿਛਲੇ ਦਿਨ ਇੱਕ ਖਬਰ ਆਈ ਸੀ ਕੁੱਕੀ ਤੇ ਮਤੇਈ ਦੋ ਸਮਾਜ ਨੇ ਹੁਣ ਕੁੱਕੀ ਸਮਾਜ ਦੇ ਪਿੰਡ ਬਿਲਕੁਲ ਖਾਲੀ ਹੋ ਗਏ ਉਹਨਾਂ ਨੇ ਪਿੰਡ ਹੀ ਕੁਛ ਖਾਲੀ ਕਰ ਦਿੱਤੇ ਬਹੁਤ ਸਾਰੇ ਲੋਕ ਜਿਹੜੇ ਸੇਵਾਵਾਂ ਨਿਵਾਰੇ ਸੀ ਉੱਥੋਂ ਦੀ ਪੁਲਿਸ ਦੇ ਵਿੱਚ ਪ੍ਰਸ਼ਾਸਨ ਦੀ ਭੂਮਿਕਾ ਕਹਿ ਸਕਦੇ ਆ ਉਹਨਾਂ ਨੇ ਵੀ ਆਪਸੇ ਵਿੱਚ ਵੰਡੀਆਂ ਪਾ ਲਈਆਂ ਤੇ ਜਦੋਂ ਉੱਥੇ ਇੱਕ ਉੱਚ ਸਿਆਸਤਦਾਨ ਮਿਲਣ ਪਹੁੰਚੇ ਲੋਕਾਂ ਨੂੰ ਰਾਹੁਲ ਗਾਂਧੀ ਸੀ ਪ੍ਰਿੰਕਾ ਗਾਂਧੀ ਸੀ ਉਹ ਮਿਲਣ ਪਹੁੰਚੇ ਲੋਕਾਂ ਨੂੰ ਤਾਂ ਖਬਰ ਪਤਾ ਕੀ ਚੱਲੀ ਉਹ ਕਹਿੰਦੇ ਤੁਸੀਂ ਦੱਸੋ ਪਹਿਲਾਂ ਕਿਹੜੇ ਸਮਾਜ ਨਾਲ ਸੰਬੰਧਤ ਹੈ ਭਾਈ ਦੂਜੇ ਦੇ ਹੋਏ ਤਾਂ ਉਧਰ ਲੈ ਜਾ ਕੇ ਨਾ ਚਲ ਜਿਓ ਮਾਰ ਦੇਣਗੇ ਤੁਹਾਨੂੰ ਇਹ ਖਬਰਾਂ ਜਿਹੜੀਆਂ ਆਈਆਂ ਲੋਕਾਂ ਦੇ ਵਿੱਚ ਇੰਨੀ ਨਫ਼ਰਤ ਪੈਦਾ ਹੋ ਗਈ ਅੱਜ ਮਨੀਪੁਰ ਦੇ ਲੋਕਾਂ ਦੇ ਵਿੱਚ ਨਫ਼ਰਤ ਖਤਮ ਕਰਨ ਦੀ ਜ਼ਰੂਰਤ ਹੈ ਮਨੀਪੁਰ ਦੀ ਸਥਿਤੀ ਅਜੀਬ ਹੈ ਜਿਵੇਂ ਐਡੀਟਰ ਗिल्ਡ ਨੇ ਕਿਹਾ ਕਿ ਸੂਬੇ ਦਾ ਸਾਰਾ ਮੀਡੀਆ ਮਤੇਈ ਪਾਈਚਾਰੇ ਦੇ ਸਬੰਧ ਵਿੱਚ ਪੱਖ ਵਿੱਚ ਤੇ ਭੁਗਤ ਵੀ ਰਿਹਾ ਪਰ ਸਰਕਾਰ ਨੇ ਉਸ ਸਥਿਤੀ ਨੂੰ ਸੁਧਾਰਨ ਵੱਲ ਕੋਈ ਵੀ ਕਦਮ ਚੁੱਕਿਆ ਨਹੀਂ ਜੇਕਰ ਇਹ ਗੱਲ ਸਹੀ ਹੈ ਤਾਂ ਫਿਰ ਕਹਿ ਸਕਦੇ ਹਾਂ ਆਂਦੇ ਦਿਨ ਨੂੰ ਮਸਲਾ ਇਹ ਵੀ ਪੱਕ ਸਕਦਾ ਹੈ ਕਾਰਵਾਈ ਇੱਧਰ ਵੀ ਹੋ ਸਕਦੀ ਹੈ ਅੱਗੇ ਵੱਧਦੇ ਹਾਂ ਗੱਲ ਕਰਨੀ ਆ ਉਸ ਨੌਜਵਾਨ ਦੀ ਜੋ ਪੈਸੇ ਖਰਚ ਕੇ ਵਿਦੇਸ਼ ਗਿਆ ਵਿਦੇਸ਼ ਇਸ ਕਰਕੇ ਗਿਆ ਸੀ ਕਿ ਸਾਰੇ ਪਰਿਵਾਰ ਨੇ ਸਾਰੀ ਪੂੰਜੀ ਲਗਾ ਦਿੱਤੀ ਕਿ ਪੁੱਤ ਉਧਰ ਜਾਊਗਾ ਜ਼ਿੰਦਗੀ ਸਾਰਿਆਂ ਦੀ ਬਦਲ ਜਾਏਗੀ ਪੈਸੇ 4 ਆ ਜਾਣਗੇ 20-22 ਲੱਖ ਰੁਪਇਆ ਲਾ ਕੇ ਉਸ ਨੌਜਵਾਨ ਨੂੰ ਵਿਦੇਸ਼ ਭੇਜਿਆ ਗਿਆ ਕਹਿੰਦੇ ਆ ਪਰ ਉਸ ਨੌਜਵਾਨ ਨੂੰ ਪਹਿਲਾਂ ਕਹਿੰਦੇ ਵੀਜ਼ਾ ਜਿਹੜਾ ਦਿੱਤਾ ਗਿਆ ਸੀ ਪਰ ਇਥੋਂ ਦਿਖਾਇਆ ਸੀ ਵਰਕ ਪਰਮਿਟ ਤੇ ਜਾਣਾ ਤੇ ਉੱਥੇ ਜਾ ਕੇ ਉਹਨੂੰ ਪਤਾ ਲੱਗਿਆ ਇਹ ਵੀਜ਼ਾ ਤਾਂ ਘੁੰਮਣ ਫਿਰਨ ਵਾਲਾ ਆ ਟੂਰਿਸਟ ਵੀਜ਼ਾ ਆ ਇਹ ਤਾਂ ਮਿਆਦ ਹੀ ਸਾਰੀ 3 ਕਿ ਮਹੀਨੇ ਦੀ ਐ ਜਿਆਦਾ ਹੈ ਹੀ ਨਹੀਂ ਨੌਜਵਾਨ ਨੂੰ ਜਦੋਂ ਪਤਾ ਲੱਗਿਆ ਘਰ ਵੀ ਨਹੀਂ ਗਿਆ 에어ਪੋਰਟ ਤੇ ਵਾਪਸ ਉਤਰਿਆ ਉਤਰਦੇ ਸਾਰ ਹੀ ਉਹਨੇ ਜ਼ਹਿਰੀਲੀ ਚੀਜ਼ ਖਾ ਲਈ ਤੇ ਉਹਦੀ ਮੌਤ ਹੋ ਗਈ ਮਲੇਸ਼ੀਆ ਤੋਂ ਉਹ ਵਾਪਸ ਆਇਆ ਸੀ ਭਾਰਤ ਦੇ ਵਿੱਚ ਪਤਾ ਨਹੀਂ ਇਸ ਤਰ੍ਹਾਂ ਦੇ ਕਿੰਨੇ ਏਜੰਟ ਹੋਣਗੇ ਕੋਈ ਬੰਬੇ ਬੈਠਾ ਕੋਈ ਦਿੱਲੀ ਬੈਠਾ ਕੋਈ ਗੁਜਰਾਤ ਬੈਠਾ ਕੋਈ ਪੰਜਾਬ ਚ ਬੈਠਾ ਕੋਈ ਜਲੰਧਰ ਚ ਬੈਠਾ ਕੋਈ ਕਿਤੇ ਇੱਕ ਬੈਠਾ ਸਾਰੇ ਠੱਗਣ ਦਾ ਕੰਮ ਕਰਦੇ ਆ ਅੱਧੇ ਤੋਂ ਬਾਅਦ ਉਹ ਨੇ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਕਿੱਥੋਂ ਆ ਸੋਸ਼ਲ ਮੀਡੀਆ ਤੇ ਸੰਪਰਕ ਕਰਦੇ ਆ ਤੇ ਲੁੱਟ ਕੇ ਕਿਹੜੇ ਵੇਲੇ ਹੋ ਜਾਂਦੇ ਆ ਪਤਾ ਨਹੀਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਏਜੰਟ ਹੈ ਜਿਹੜੇ ਸਹੀ ਤਰੀਕੇ ਨਾਲ ਕੰਮ ਕਰ ਸਕਦੇ ਪਰ ਮੈਨੂੰ ਲੱਗਦਾ ਉਹਨਾਂ ਦੀ ਗਿਣਤੀ ਬਹੁਤ ਘੱਟ ਹੋਣੀ ਹੈ ਪਰ ਵੱਡੀ ਗਿਣਤੀ ਤਾਂ ਉਹ ਮਿਲਗੇ ਜਿਹੜੇ ਠੱਗੀ ਮਾਰਦੇ ਆ ਕੋਈ 3 ਲੱਖ ਰੁਪਈਆ ਲਈ ਜਾਂਦਾ ਕੋਈ ਆਪਣੇ ਕੋਲੋਂ ਫੰਡ ਸ਼ੋਅ ਕਰਦਾ ਪਿਆ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲਦਾ ਪਿਆ ਬਾਹਰ ਜਾਣਾ ਹੋਵੇ ਕਿਸੇ ਨੂੰ ਕੋਈ ਨਹੀਂ ਚਿੰਤਾ ਨਾ ਕਰੋ ਜੇ ਅਸੀਂ ਫੰਡ ਆਪ ਹੀ ਸ਼ੋਅ ਕਰ ਦਾਂਗੇ ਪਰਵਾਹ ਦੇ ਚੈੱਕ ਵੀ ਲੈ ਕੇ ਰੱਖ ਲੈਂਦੇ ਆ ਪਰ ਕਰਦੇ ਕੀ ਆ ਉਹ ਸਾਨੂੰ ਉੱਪਰ ਪੈਸੇ ਲੱਗਣੇ ਆ ਕਿੰਨੇ ਲੱਗਣੇ ਆ 2 ਤੋਂ 3 ਲੱਖ ਕੱਲ ਇੱਕ ਸੱਜਣ ਨੂੰ ਦੱਸਦੇ ਸੀਗੇ ਉਹ ਕਿਦੇ 4 ਲੱਖ ਰੁਪਈਆ ਸਿਰਫ 25 ਲੱਖ ਰੁਪਈਆ ਕੇ ਸਾਡੀ ਫਾਈਲ ਦਾ ਲੈ ਲਿਆ ਤੇ ਹੁਣ ਜੇਕਰ ਇੰਨੇ ਪੈਸੇ ਲੋਕਾਂ ਦੇ ਕੋਲੋਂ ਠੱਗੇ ਜਾ ਰਹੇ ਨੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਹਾਲਾਤ ਕਿੱਦਾਂ ਜਾਣਗੇ ਹੁਣੇ ਨੌਜਵਾਨ ਸੀਗਾ ਹੁਣ ਵਰਕ ਪਰਮਿਟ ਦੀ ਜਗ੍ਹਾ ਤੇ ਜਦੋਂ ਇਹਨੂੰ ਟੂਰਿਸਟ ਵੀਜ਼ਾ ਦੇ ਦਿੱਤਾ ਗਿਆ ਤੇ 9 ਲੱਖ ਰੁਪਏ ਇਹ ਕਹਿੰਦਾ ਕਿ ਮੇਰੇ ਤੋਂ ਪਹਿਲਾਂ ਲੈਣ ਦੀ ਗੱਲ ਹੋਈ ਸੀ ਬਾਅਦ ਚ ਕਹਿੰਦੇ ਪੈਸੇ ਹੋਰ ਲੱਗਣੇ ਆ ਤੇ ਮੈਂ ਕਹਿੰਦਾ ਕਿੱਥੋਂ ਪੈਸੇ ਦੇਣੇ ਸੀ ਪਰਿਵਾਰ ਤਾਂ ਗਰੀਬ ਆ ਪੰਜਾਬ ਦੇ ਵਿੱਚ ਪਤਾ ਨਹੀਂ ਇਸ ਤਰ੍ਹਾਂ ਦੇ ਕਿੰਨੇ ਲੋਕ ਹੋਣਗੇ ਕਿੰਨੇ ਨੌਜਵਾਨ ਹੋਣਗੇ ਜੋ ਵਿਦੇਸ਼ ਜਾਣਾ ਚਾਹੁੰਦੇ ਆ ਵਿਦੇਸ਼ ਵਿੱਚ ਜਾਣ ਦੇ ਨਾਂ ਤੇ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਪਿਛਲੇ ਦਿਨੀ ਵਕਵਕ ਥਾਮਾ ਤੇ ਪ੍ਰਸ਼ਾਸਨਿਕ ਕਾਰਵਾਈ ਹੋਈ ਆਇਲਸ ਸੈਂਟਰ ਉਤੋਂ ਬਾਅਦ ਹੋਰ ਵੀ ਕੁਝ ਥਾਮਾਂ ਸੀਗੀਆਂ ਜਿੱਥੇ ਟੇਕਟਾਂ ਵੇਚੀਆਂ ਜਾਂਦੀਆਂ ਸੀਗੀਆਂ ਉੱਥੇ ਵੀ ਹੁਣ ਉਹਨਾਂ ਨੇ ਕਾਰਵਾਈ ਕੀਤੀ ਤੇ ਕੀਤਾ ਕੀ ਇਹਨਾਂ ਦੇ ਤਾਂ ਲਾਇਸੈਂਸ ਨੰਬਰ ਹੀ ਹੈ ਨਹੀਂਗੇ ਬਹੁਤ ਸਾਰੀਆਂ ਗੜਬੜੀਆਂ ਪਾਈਆਂ ਗਈਆਂ 400 ਤੋਂ ਵੱਧ 472 ਤੋਂ ਵੱਧ ਸ਼ਾਇਦ ਦਲੰਦਰ ਦੇ ਵਿੱਚੀ ਟ੍ਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਏਜੰਸੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਕੱਲ ਵੀ ਛਾਪਾ ਪਿਆ 70 ਤੋਂ ਵੱਧ ਇੱਥੇ ਚੈਕਿੰਗ ਕੀਤੀ ਗਈ ਤੇ ਉਹਨਾਂ ਦੇ ਕੋਲ ਵੀ ਲਾਇਸੈਂਸ ਹੀ ਹੈ ਨਹੀਂਗੇ ਹੁਣ ਦੂਜੀ ਚੌਥੀ ਦੁਕਾਨ ਛੱਡ ਕੇ ਤਾਂ ਬਣੇ ਪਏ ਨੇ ਅੱਜ ਕੱਲ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਤੁਸੀਂ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਜਾ ਕੇ ਦੇਖ ਲਿਓ ਤੁਹਾਨੂੰ ਜਾਂ ਤਾਂ ਕੁਝ ਕੁ ਸਰੀਰਕ ਤੌਰ ਤੇ ਜਿਹੜੇ ਡਾਕਟਰ ਹੋਣਗੇ ਜਿਹੜੇ ਦੱਸਣਗੇ ਤੁਹਾਡੀ ਸਰੀਰ ਦੇ ਵਿੱਚ ਆਹ ਕਮੀ ਹੈ ਜੀ ਪਤਾ ਨਹੀਂ ਉਹ ਕਮੀ ਹੁੰਦੀ ਵੀ ਹੈ ਕਮਜ਼ੋਰੀ ਹੁੰਦੀ ਵੀ ਹੈ ਕਿ ਨਹੀਂ ਤੁਹਾਨੂੰ ਇੱਕ ਤੌਰ ਨਜ਼ਰ ਆਉਣਗੇ ਦੂਸਰੇ ਪਾਸੇ ਇਮੀਗ੍ਰੇਸ਼ਨ ਨਾਲ ਸੰਬੰਧਤ ਤੁਹਾਨੂੰ ਲੋਕ ਨਜ਼ਰ ਆਉਣਗੇ ਟਿਕਟਾਂ ਬੁਕਿੰਗ ਇੱਥੋਂ ਕਰਾਓ ਜੀ ਉਹ ਲੋਕ ਨਜ਼ਰ ਆਉਣਗੇ ਇਹਨਾਂ ਦੇ ਵਿੱਚੋਂ ਲੋਕ ਨਜ਼ਰ ਮਾਰਦੇ ਆ ਬਸ ਥੱਲੇੜੇ ਪਾਸੇ ਜਾਂਦੇ ਆ ਲੋਕ ਦੇਖਦੇ ਆ ਤਾਂ ਲੱਗ ਗਿਆ ਜੀ ਚਲੋ ਇੱਥੇ ਚੱਲਦੇ ਆ ਪਤਾ ਕਿਸੇ ਨੂੰ ਵੀ ਨਹੀਂ ਕੌਣ ਕਿਦਾਂ ਦਾ ਜੇਕਰ ਇੱਕ ਦਾ ਵੀਜ਼ਾ ਲੱਗਾ ਕੋਈ ਦਾਦੇ ਦਾਸੀ ਤੋਂ ਉੱਥੋਂ ਲਵਾਇਆ ਸੀ ਜੀ ਉੱਥੋਂ ਚੱਲ ਜਾਓ ਉਹ ਫਾਈਲ ਨਹੀਂ ਐਕਸੈਪਟ ਹੁੰਦੀ ਅਸੀਂ ਦੂਜੇ ਪਾਸੇ ਚੱਲ ਗਏ ਜੀ ਅੱਗੇ ਜਾ ਕੇ ਦੇਖ ਲਓ ਪਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਬਹੁਤ ਵੱਡੀ ਗਿਣਤੀ ਵਿੱਚ ਸੈਂਟਰ ਖੁੱਲੇ ਨੇ ਇਹਨਾਂ ਦੇ ਖਿਲਾਫ ਇਸ ਵਾਰੇ ਕਾਰਵਾਈ ਕਰਨ ਦੀ ਜ਼ਰੂਰਤ ਹੈ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਜਿਨ੍ਹਾਂ ਦੇ ਕਰਕੇ ਨੌਜਵਾਨ ਫਸਤੇ ਜਾ ਰਹੇ ਨੇ ਕਿਉਂਕਿ ਜੇਕਰ ਇਸ ਇਹਨਾਂ ਦੇ ਚੁੰਗਲ ਦੇ ਵਿੱਚੋਂ ਨਾ ਨੌਜਵਾਨਾਂ ਨੂੰ ਕੱਟਿਆ ਤਾਂ ਬਹੁਤ ਵੱਡੀ ਗਿਣਤੀ ਹੈ ਅਜੇ ਵੀ ਫਸਤੇ ਜਾਣਗੇ ਅੱਜਕੱਲ੍ਹ ਵੈਸੇ ਵੀ ਵਿਦੇਸ਼ ਜਾਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ 56000 ਕਰੋੜ ਰੁਪਈਆ ਸਾਡਾ ਸਿੱਧੇ ਰੂਪ ਦੇ ਵਿੱਚ ਵਿਦੇਸ਼ਾਂ 'ਚ ਜਾ ਰਿਹਾ 56000 ਕਰੋੜ ਰੁਪਈਆ ਅੱਜ ਵੀ ਕੁਝ ਕਿ ਖਬਰਾਂ ਆਈਆਂ ਕਿ ਇੱਕ ਸਰਕਾਰਾਂ ਨੇ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਜੇਕਰ ਇਧਰ ਧਿਆਨ ਨਾ ਦਿੱਤਾ ਤੇ ਬਹੁਤ ਕੁਝ ਖਾਲੀ ਹੋ ਜਾਣਾ ਪੰਜਾਬ ਦੀ ਕ੍ਰੀਮ ਲਗਾਤਾਰ ਬਾਹਰ ਜਾ ਰਹੀ ਹੈ ਅਸੀਂ ਅਜੇ ਤੱਕ ਨਹੀਂ ਰੋਕਦੇ ਪਏ ਪੰਜਾਬ ਕਿਉਂ ਉੱਤਰ ਪ੍ਰਦੇਸ਼ ਹਰਿਆਣੇ ਦਾ ਵੀ ਇਹੀ ਹਾਲ ਹੈ ਚਲੋ ਅਸੀਂ ਤਾਂ ਆਪਣੇ ਸੂਬੇ 'ਚ ਰਹਿਣੇ ਇਸ ਕਰਕੇ ਆ ਪਰ ਹਰਿਆਣੇ ਦੇ ਵਿੱਚ ਵੀ ਪਿਛਲੇ ਸਾਲ ਪੰਜਾਬ ਨਾਲੋਂ ਜ਼ਿਆਦਾ ਬੱਚੇ ਹਰਿਆਣੇ ਦੇ ਵਿਦੇਸ਼ 'ਚ ਗਏ ਆ ਤੇ ਗਿਣਤੀ ਪਤਾ ਕਿੰਨੀ ਸੀ 168% ਵੱਧ 2020 ਦੇ ਮੁਕਾਬਲੇ ਅੰਦਾਜ਼ਾ ਲਗਾਇਆ ਜਾ ਸਕਦਾ ਕਿੰਨੀ ਗਿਣਤੀ ਵੱਚੂਕੀ ਆ ਸਿੱਖਿਆ ਉੱਚੀ ਸਿੱਖਿਆ ਲੈਣ ਦੇ ਲਈ ਬੱਚੇ ਉੱਥੇ ਜਾਂਦੇ ਆਂ ਘਰਾਂ ਦੇ ਹਾਲਤ ਠੀਕ ਹੋ ਜਾਣ ਆਰਥਿਕ ਪੱਧਰ ਤੇ ਮਜ਼ਬੂਤ ਹੋ ਜਾਈਏ ਇਕਨੋਮੀ ਸਾਡੀ ਮਜ਼ਬੂਤ ਹੋ ਜਵੇ ਸਾਡੇ ਅਗਲਾ ਭਵਿੱਖ ਵਧੀਆ ਹੋ ਜਵੇ ਇਸ ਕਰਕੇ ਵਿਦੇਸ਼ ਜਾਂਦੇ ਆਂ ਪਰ ਏਜੰਟਾਂ ਦੀ ਠੱਗੀ ਦਾ ਹੋ ਰਹੇ ਸ਼ਿਕਾਰ ਨੇ ਕੁਝ ਕੁ ਨੌਜਵਾਨ ਫਸਤੇ ਜਾ ਰਹੇ ਨੇ ਕੱਲ ਇੱਕ ਵੀਡੀਓ ਸਾਹਮਣੇ ਆਈ ਸੀ ਦੋ ਕੁੜੀਆਂ ਸੀ ਵਿਦੇਸ਼ ਵਿੱਚ ਫਸੀਆਂ ਹੋਈਆਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਬਹੁਤ ਜਲਦ ਵਾਪਸ ਲਿਆਉਣਾ ਆ ਪਿਛਲੇ ਦਿਨੀ ਸੁਲਤਾਨਪੁਰ ਲੋਧੀ ਤੋਂ ਜੇਕਰ ਦੇਖਿਆ ਜਾਵੇ ਤਾਂ ਉੱਥੋਂ ਵੀ ਕੁਝ ਕੁ ਸਮਾਜ ਸੇਵੀ ਨੇ ਉਹਨਾਂ ਨੇ ਵੀ ਮੁੱਦਾ ਚੁੱਕਿਆ ਰਾਜ ਸਭਾ ਮੈਂਬਰ ਸੀਗੇ ਬਲਵੀਰ ਸਿੰਘ ਸੀਚੇਵਾਲ ਸੰਸਦ ਬਲਵੀਰ ਸਿੰਘ ਸੀਚੇਵਾਲ ਉਹਨਾਂ ਨੇ ਵੀ ਮੁੱਦਾ ਚੁੱਕਿਆ ਉੱਥੋਂ ਵੀ ਉਹਨਾਂ ਨੇ ਦੋ ਤਿੰਨ ਕੁੜੀਆਂ ਤਿੰਨ ਫੱਸੀਆਂ ਸੀ ਉਹਨਾਂ ਨੂੰ ਲਿਆਂਦਾ ਰਾਜ ਸਭਾ ਦੇ ਮੈਂਬਰ ਵਿਕਰਮ ਸਾਨੀ ਨੇ ਉਹਨਾਂ ਨੇ ਵੀ ਇਦਾਂ ਨੂੰ ਧਿਆਨ ਦਿੱਤਾ ਸੀਗਾ ਗੁਰਜੀਤ ਔਜਲਾ ਵੀ ਸਮੇਂ ਸਮੇਂ ਦੇ ਮੁੱਦਾ ਚੁੱਕਦੇ ਰਹੇ ਜਦੋਂ ਭਗਵੰਤ ਮਾਨ ਪਾਰਲੀਮੈਂਟ ਮੈਂਬਰ ਸੀ ਤਾਂ ਉਸ ਵੇਲੇ ਵੀ ਇਸ ਮੁੱਦੇ ਨੂੰ ਉਹਨਾਂ ਨੇ ਵੱਡੇ ਪੱਧਰ ਤੇ ਚੁੱਕਿਆ ਕਲਦੀਪ ਸਿੰਘ ਢਾਲੀਵਾਲ ਨੇ ਵੀ ਕੱਲ ਇੱਕ ਭਰੋਸਾ ਦਿੱਤਾ ਕਿ ਬਹੁਤ ਜਲਦ ਵਿਦੇਸ਼ਾਂ ਦੇ ਵਿੱਚ ਫਸੇ ਹੋਏ ਨੌਜਵਾਨਾਂ ਨੂੰ ਵਾਪਸ ਲਿਆ ਜਾਵੇਗਾ ਜਿਹੜੇ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਆ ਬਲੱਡ ਮਨੀ ਦੇ ਕੇ ਇੱਕ ਨੌਜਵਾਨ ਵਿਦੇਸ਼ ਤੋਂ ਆਇਆ 2 ਕਰੋੜ ਰੁਪਏ ਦਿੱਤਾ ਹੁਣ ਉਹਨਾਂ ਦੱਸਿਆ ਕਿ ਬਾਹਰ ਕਿਸ ਤਰ੍ਹਾਂ ਦੇ ਹਾਲਾਤ ਨੇ ਸੋ ਸਮਝਣ ਦੀ ਜ਼ਰੂਰਤ ਹੈ ਕਿ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ ਪਰ ਕਿਦਦਨ ਗੱਲ ਜਾਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਹਾਲਾਤ ਤੇਜ਼ੀ ਨਾਲ ਬਦਲਦੇ ਨਜ਼ਰ ਆ ਰਹੇ ਨੇ ਅੱਗੇ ਬਾਤਾਂ ਗੱਲ ਕਰਨੀਆਂ ਪੰਜਾਬ ਦੀ ਕਿਉਂਕਿ ਪੰਜਾਬ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਏ ਹੋਏ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਉਸ ਉਸ ਪ੍ਰੋਗਰਾਮ ਦੇ ਵਿੱਚ ਸਕੂਲ ਆਫ ਫੈਮਿਨਸ ਦੀ ਗੱਲ ਚੱਲੀ ਅੱਜ ਪਹਿਲੇ ਸਕੂਲ ਆਫ ਫੈਮਿਨਸ ਦਾ ਉਦਘਾਟਨ ਕੀਤਾ ਗਿਆ ਕੇਜਰੀਵਾਲ ਸਾਹਿਬ ਕਹਿੰਦੇ ਕਿ ਬਹੁਤ ਚੰਗੀ ਗੱਲ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਸਕੂਲ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਪੰਜਾਬ ਦੇ ਵਿੱਚ 20000 ਪ੍ਰਾਇਮਰੀ ਸਕੂਲ ਹੈ ਅੱਧੇ ਉਹ ਨੇ ਜਿਹਦੀਆਂ ਛੱਤਾਂ ਚੁੰਧੀਆਂ ਪਈਆਂ ਨੇ ਅੱਧੇ ਉਹ ਨੇ ਜਿਨ੍ਹਾਂ ਨੂੰ ਬਹੁਤ ਜਲਦੀ ਵਧੀਆ ਤਰੀਕੇ ਨਾਲ ਬਣਾ ਦਿੱਤਾ ਜਾਵੇਗਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜੀਆਂ ਇਹ ਗੱਲਾਂ ਕਹੀਆਂ ਧਿਆਨ ਤਾਂ ਮੰਗਦੀਆਂ ਇਹ 'ਚ ਕੋਈ ਸ਼ੱਕ ਨਹੀਂ ਕਿ ਅੱਧੇ ਤੋਂ ਵੱਧ ਸਕੂਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਐ ਜਿਹੜੇ ਖਸਤਾ ਹਾਲਤ ਵਿੱਚ ਐ ਪਰ ਪਿਛਲੇ ਦਿਨੀ ਸਿੱਖਿਆ ਮੰਤਰੀ ਹਰਜੋ ਸਿੰਘ ਬੈਂਸੁਰਾ ਨੇ ਇਹ ਗੱਲ ਕਹੀ ਕਿ ਅਸੀਂ ਸੁਧਾਰ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸੁਧਾਰ ਕਰਾਂਗੇ ਲੁਧਿਆਣੇ ਦੇ ਇੱਕ ਸਕੂਲ ਦੀ ਜਦੋਂ ਛੱਤ ਡਿੱਗੀ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਅਚਾਨਕ ਕਹਿਣ ਰਫ਼ਤਾਰ ਤੇਜ਼ ਕੀਤੀ ਕੰਮ ਕਰਨ ਦੀ ਹੋ ਸਕਦਾ ਹੈ ਕਿ ਕਈਆਂ ਥਾਂ ਤੇ ਕੂਚੀ ਮਾਰ ਦਿੱਤੀ ਜਾਵੇ ਕਿ ਇਹ ਵੀ ਹੋ ਸਕਦਾ ਹੈ ਕਿ ਵਧੀਆ ਤਰੀਕੇ ਨਾਲ ਤਿਆਰ ਵੀ ਕਰ ਦਿੱਤੇ ਜਾਣ ਕੇਜੀਵਾਲ ਸਾਹਿਬ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕ ਦਣਗੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਵਾਜ ਜਾਵੇਗੀ ਨਿੱਜੀ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਇੱਕ ਤਰਕ ਉਹਨਾਂ ਨੇ ਦਿੱਤਾ ਉਹ ਚੰਗਾ ਲੱਗਿਆ ਹਮੇਸ਼ਾ ਹੀ ਬਹੁਤ ਸਾਰੇ ਲੋਕ ਵੀ ਇਹਦੇ ਬਾਰੇ ਗੱਲ ਕਰਦੇ ਰਹਿੰਦੇ ਆ ਅੱਜਕੱਲ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਨੇ ਕੇਦੀਵਾਲ ਸਾਹਿਬ ਕਹਿੰਦੇ ਤੁਸੀਂ ਦਿਖਾਓ ਕਿੰਨੇ ਅਧਿਆਪਕ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਲਗਾ ਦੇ ਚੁ ਕੋਈ ਸ਼ੱਕ ਇਹ ਬਿਲਕੁਲ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਇਹ ਗੱਲ ਸੱਚ ਹੈ ਪੰਜਾਬ ਦੇ ਵਿੱਚ ਵੈਸੇ ਕਿਸੇ ਵੀ ਸੂਬੇ ਦੇ ਵਿੱਚ ਲੋਕਾਂ ਨੂੰ ਸਿਰਫ ਨੌਕਰੀ ਸਰਕਾਰੀ ਚਾਹੀਦੀ ਹੈ ਐਸ਼ੋ ਆਰਾਮ ਦੀ ਨੌਕਰੀ ਮਿਲ ਜਵੇ ਬਸ ਨਾ ਹਸਤਾ ਸਰਕਾਰੀ ਚਾਹੀਦੀ ਦੇ ਲਾਜ ਕਰਨ ਦੇ ਲਈ ਨਾ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣੇ ਆ ਨਿੱਜੀ ਚ ਭੇਜ ਦਿਓ ਸਾਨੂੰ ਤਾਂ ਪਤਾ ਜੀ ਅਸੀਂ ਪੜਾਉਨੇ ਆ ਸਾਨੂੰ ਪਤਾ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਅਧਿਆਪਕ ਕਿਉਂ ਨਹੀਂ ਲਗਾਉਂਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਸਮਝਣ ਦੀ ਤਾਂ ਗੱਲ ਹੈਗੀ ਆ ਕੁਝ ਵਿਦੇਸ਼ਾਂ ਵਿੱਚ ਚੱਲ ਜਾਂਦੇ ਪਰਿਵਾਰਕ ਮੈਂਬਰ ਨਾ 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 ਸਰਕਾਰੀ ਸਕੂਲਾਂ 'ਚ ਨਹੀਂ ਲਾਉਣਾ ਜੀ ਅਸੀਂ ਵੀ ਪੜੇ ਉੱਥੇ ਹਾਲਾਤ ਨਹੀਂ ਇਦਾਂ ਦੇ ਪਰ ਚਲੋ ਇਹ ਤਾਂ ਹੁਣ ਸਰਕਾਰਾਂ ਤੇ ਹੈ ਕਿ ਕਿਸ ਤਰ੍ਹਾਂ ਦੀ ਸਹੂਲਤ ਦੇਣੀ ਹੈ ਕਿਸ ਤਰ੍ਹਾਂ ਦੇ ਨਹੀਂ ਸਕੂਲ ਆਫ ਫੈਮਿਨਸ ਬਣਾਏ ਹੈ ਪਰ ਮਾਨ ਹੁੰਦਾ ਕਿ ਜਦੋਂ ਸਾਡੇ ਵਰਗੇ ਤੁਹਾਡੇ ਵਰਗੇ ਬਹੁਤ ਸਾਰੇ ਲੋਕ ਇਹ ਦੱਸਦੇ ਨੇ ਕਿ ਅਸੀਂ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਇੱਥੇ ਤੱਕ ਪਹੁੰਚੇ ਆ ਪਰ ਇਹ ਸਰਕਾਰਾਂ ਨੂੰ ਸਮੇਂ-ਸਮੇਂ ਤੇ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਯਤਨ ਕੀਤੇ ਜਾਣ ਕੀ ਸਿੱਖਿਆ ਦੇ ਮਿਆਰ ਨੂੰ ਉੱਪਰ ਚੱਕਣ ਲਈ ਢਾਂਚੇ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਪਰ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਅਜੇ ਤੱਕ ਵੀ ਬਹੁਤ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਨੇ ਹੁਣ ਜਾ ਕੇ 2007-8 ਦੇ ਕਾਲਜਾਂ ਦੇ ਕਈਆਂ ਦੇ ਮਾੜੇ ਹਾਲਾਤ ਸੀਗੇ ਹੁਣ ਜਾ ਕੇ 2020-21-22 ਦੇ ਵਿੱਚ ਗਰੰਟੀਆਂ ਦਿੱਤੀਆਂ ਗਈਆਂ ਤੇ 15-15 ਸਾਲ ਰਿਸਕ ਤੇ ਉੱਪਰ ਹੀ ਬੱਚੇ ਪੜ੍ਹਦੇ ਰਹੇ ਕੇਰੀਵਾਲ ਸਾਹਿਬ ਨੇ ਕੀ ਕੀ ਕਿਹਾ ਇੱਕ ਨਜ਼ਰ ਉੱਥੇ ਵੀ ਮਾਰਦੇ ਆ ਪਹਿਲਾਂ मैं देख रहा हूं दूर तक जहां तक नजर जा रही है इतने लोग इतने लोग आए हुए हैं जैसे भी मान साहब ने बताया हमें बताया गया है लगभग लाख डेढ़ लाख लोग आज यहां पे पंजाब के कोने कोने से आए हैं ये कोई मामूली बात नहीं है और इनको कोई पैसे दे के नहीं लाए सब लोग अपनी खुशी से आए हैं क्यों आए हैं सब लोगों को खुशी है कि पंजाब के अंदर आज से शिक्षा क्रांति की शुरुआत हो रही है अभी जैसे मान साहब ने बताया हम लोग एक सरकारी स्कूल का उद्घाटन करके आ रहे हैं एक सरकारी स्कूल का उद्घाटन तो होता ही रहता है सरकारों में कौन सी बड़ी बात है कितनी सार सरकारी सरकारें हैं सरकारों में सरकारी स्कूल का उद्घाटन होना कोई बड़ी बात नहीं है लेकिन आज हम लोग इस पवित्र धरती पे गुरुओं की धरती पे जिस सरकारी स्कूल का उद्घाटन करके आ रहे हैं वो कोई मामूली सरकारी स्कूल नहीं है मैं चैलेंज के साथ कह सकता हूं पूरे पंजाब के अंदर कोई प्राइवेट स्कूल बड़े से बड़ा प्राइवेट स्कूल उठा के देख लो उसके अंदर भी वो सुविधाएं नहीं मिलेंगी जो आज सरकारी स्कूल हम उद्घाटन करके आ रहे हैं उसके अंदर सहूलियत है पहले जितने अभी पंजाब के अंदर सरकारी स्कूल है बीस हजार सरकारी स्कूल है सरकारी स्कूलों में बेंच नहीं है नीचे टाट के ऊपर बच्चे बैठते हैं छतों से पानी गिरता है दीवारें टूटी पड़ी हैं पढ़ाई होती नहीं है टीचर नहीं है पीने को पानी नहीं है टॉयलेट में गंदगी गंदगी है बेचारी बच्चियों को टॉयलेट जाना पड़ता है तो घर जाना पड़ता है स्कूल छोड़ के जाना पड़ता है बाउंड्री वॉल नहीं है चौकीदार नहीं है गंदगी गंदगी है कोई आदमी मजबूरी में अपने बच्चों को सरकारी स्कूल में भेजता है अगर किसी के पास दो पैसे हो जाएं, चाहे रिक्शे वाला हो चाहे ऑटो वाला हो अगर किसी के पास दो पैसे हो जाएं वो चाहता है कि मैं पेट काट के एक टाइम की रोटी कम खा लूंगा अपने बच्चे को सरकारी स्कूल में नहीं भेजूंगा अपने बच्चे को प्राइवेट स्कूल में पढ़ाऊंगा आज वो बदलने वाला आज से पंजाब में ये बदल जाएगा आज हम ऐसे स्कूल का उद्घाटन करके आए हैं कि लोग अपने बच्चों को प्राइवेट स्कूल से निकाल निकाल के अब सरकारी स्कूल में भर्ती कराएंगे जिस स्कूल का उद्घाटन करके आए हैं इतने शानदार क्लासरूम है शानदार क्लासरूम है इतने शानदार डेस्क है उनके अंदर पूरा का पूरा स्कूल इतना बड़ा स्कूल है सारी खेलने की सुविधाएं हैं, सारे जिम है ऑडिटोरियम बनने वाला है ऐसा प्राइवेट स्कूल भी आपने कोई नहीं देखा होगा सबसे बड़ी बात किसी भी सरकारी स्कूल को उठा के देख लो उस स्कूल में पढ़ाने वाले टीचर कभी भी अपने बच्चों को सरकारी स्कूल में नहीं पढ़ाते पूरे देश में उठा के देख लो पंजाब में उठा के देख लो किसी भी सरकारी स्कूल में पढ़ाने वाले टीचर अपने बच्चों को सरकारी स्कूल में नहीं पढ़ाते आज जिस सरकारी स्कूल का उद्घाटन हम लोग करके आए हैं मेरे को आज कई टीचर मिले जिन्होंने कहा कि सर हमारे बच्चे पहले अमृतसर में प्राइवेट स्कूल में पढ़ते थे बड़े बड़े इंग्लिश मीडियम स्कूल में पढ़ते थे हमने अपने बच्चों का नाम कटा के अपने बच्चों का एडमिशन इस सरकारी स्कूल में करा दिया इससे बड़ा सर्टिफिकेट हमको नहीं मिल सकता यह बहुत बड़ी बात है अगर टीचर अपने बच्चों को प्राइवेट स्कूल से नाम खटा के उसी सरकारी स्कूल में पढ़ाएंगे जिस सरकारी स्कूल में वो टीचर पढ़ा रहा है उससे अच्छी पढ़ाई कहीं नहीं हो सकती दोस्तों ये धरती पवित्र धरती है जो भी कोई स्याने कहते हैं कि पहला आग्या गुरा तो लै लिए जेड़ा काम किए सि धरती से শিক্ষা क्रांति दी आज्ञा ਲਈ ਅੱਜ এডਿਊਕੇਸ਼ਨ ਮਿਨਿਸਟਰ ਹਰਜੋਤ ਬੈਂਸ ਜੀ ਬੈਠੇ ਆ ਸਾਡੇ ਸੰਗਠਨ ਦੇ ਇਨਚਾਰਜ ਵੀ ਨੇ ਜਨਰਲ ਸੈਕਟਰੀ ਨੇ ਪਾਰਟੀ ਤੇ ਸਾਰੇ ਦੇਸ਼ ਦੇ ਵਿੱਚ ਸੰਗਠਨ ਦਾ ਜਿੰਮਾ ਨਿਭਾਰੇ ਨੇ ਡਾਕਟਰ ਸੰਦੀਪ 파ਠਕ ਰਾਜ ਸਭਾ ਦੇ ਮੈਂਬਰ ਨੇ ਮੇਰੇ ਕੈਬਨਿਟ ਦੇ ਸਾਰੇ ਸਾਥੀ ਐਮ ਐਲ ਏ ਸਹਿਬਾਨ ਮੇਰੇ ਖੱਬੇ ਪਾਸੇ ब्राजमान ने पत्रकार साहिबान पार्टी दे दर्जा बदरजा औदेदार साहिबान जिन्ने कदम तुही चल के आए हो एक एक चलेया होया थवाड़ा कदम साडे सिर मथे सब तो पहला मेरे वलो प्यार भरी सत श्री नमस्कार वाहेगुरु जी का खालसा वाहेगुरु जी की फतेह आज ऐतिहासिक दिन इस करके है ਬਸ ਇਹ ਤਾਂ ਆਮ ਜਿਹਾ ਦਿਨ ਹੋਣਾ ਚਾਹੀਦਾ ਸੀ ਇਹ ਪਰ ਇਤਿਹਾਸਿਕ ਇਸ ਕਰਕੇ ਬਣ ਗਿਆ ਕਿ ਅੱਜ ਉਹ ਦਿਨ ਹੈ ਕਿ ਅੱਜ ਉਹ ਚੀਜ਼ ਸ਼ੁਰੂ ਹੋ ਰਹੀ ਹੈ ਜਿਹੜੀ 70-75 ਸਾਲ ਤੋਂ ਅਸੀਂ ਉਡੀਕਦੇ ਸੀ 70-75 ਸਾਲ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਸੀ ਸਰਕਾਰੀ ਸਕੂਲਾਂ ਦੇ ਵਿੱਚ ਸ਼ਾਨਦਾਰ ਪੜ੍ਹਾਈ ਸਰਕਾਰੀ ਸਕੂਲ ਸ਼ਾਨਦਾਰ ਬਿਲਡਿੰਗ ਤੇ ਸਰਕਾਰੀ ਸਕੂਲਾਂ ਦੇ ਵਿੱਚ ਇੱਕੋ ਬੈਂਚ ਤੇ ਰਿਕਸ਼ੇ ਵਾਲੇ ਦਾ ਬੱਚਾ ਇੱਕੋ ਬੈਂਚ ਤੇ ਜੱਜ ਦਾ ਬੱਚਾ ਤੇ ਇੱਕੋ ਬੈਂਚ ਤੇ ਕਿਸੇ ਆਈਐਸ ਅਫਸਰ ਡੀਸੀ ਦਾ ਬੱਚਾ ਬਹਿ ਕੇ ਪੜਦਾ ਹੋਵੇ ਇਹ ਸੁਪਨਾ ਸੀ ਇਹ ਲੱਗਦਾ ਸੀ ਪੂਰਾ ਨਹੀਂ ਹੋ ਸਕਦਾ ਪਰ ਜਿਸ ਤਰ੍ਹਾਂ ਸਟੇਜ ਤੇ ਬੋਲਿਆ ਗਿਆ ਮੈਡਮ ਦੁਆਰਾ ਕੇ ਇਕਰਾਮ ਲੀਲਾ ਗਰਾਊਂਡ ਦੇ ਵਿੱਚ ਐਦਾਂ ਹੀ ਇੱਕ ਇਕੱਠ ਹੋਇਆ ਦੇਸ਼ ਭਗਤ ਬਤਨ ਪ੍ਰਸਤ ਲੋਕਾਂ ਦਾ ਇਕੱਠ ਹੋਇਆ ਉੱਥੇ ਇੱਕ ਜੋਤ ਤੋਂ ਜੋਤ ਜਗੀ ਤੁਹਾਡੇ ਚ ਬਹੁਤ ਸਾਰੇ ਹੋਣਗੇ ਜਿਹੜੇ ਉੱਥੇ ਜਾ ਕੇ ਆਏ ਹੋਣਗੇ ਦਿਲ ਦੇ ਵਿੱਚ ਇਹ ਉਮੀਦ ਜਗੀ ਕਿ ਮੈਂ ਵੀ ਜਾ ਕੇ ਆਉਣਾ ਭਾਵੇਂ ਮੈਂ ਕੋਈ ਵੀ ਕੰਮ ਕਰਦਾ ਹਾਂ ਮੈਂ ਕੋਈ ਹਲਵਾਈ ਸੀ ਕੋਈ ਅਨਸਾਰੀ ਦੀ ਦੁਕਾਨ ਕਰਦਾ ਸੀ ਹਰੇ ਕਹਿੰਦਾ ਸੀ ਯਾਰ ਇੱਕ ਵਾਰੀ ਉੱਥੇ ਜਾ ਕੇ ਆਈਏ ਜਰੂਰ ਵਤਨ ਵਾਸਤੇ ਹਾਜ਼ਰੀ ਜਰੂਰ ਲਗਵਾ ਕੇ ਆਈਏ ਉਸ ਰਾਮਲੀਲਾ ਗਰਾਊਂਡ ਦੀ ਕ੍ਰਾਂਤੀ ਦੇ ਵਿੱਚੋਂ ਇੱਕ ਪਾਰਟੀ ਨਿਕਲੀ ਉਹਦਾ ਨਾਮ ਹੈ ਆਮਾਦੀ ਪਾਰਟੀ ਤਾਂ ਕਰਕੇ ਅੱਜ ਦਾ ਦਿਨ ਸੰਭਵ ਹੋ ਸਕਿਆ ਅਸੀਂ ਉੱਥੇ ਜਾ ਕੇ ਆਏ ਹਾਂ ਸਕੂਲ ਦੇ ਵਿੱਚ ਇੱਕ ਬੱਚੀ ਕਹਿੰਦੀ ਮੇਰੇ ਮਾਪੇ ਗਰੀਬ ਨੇ ਮੈਨੂੰ ਪੜ੍ਹਾ ਨਹੀਂ ਸਕਦੇ ਸੀ ਪਰ ਮੈਂ ਪੇਪਰ ਦਿੱਤਾ ਤੇ ਮੈਨੂੰ ਇੱਥੇ ਕমিਸ਼ਨ ਮਿਲ ਗਈ ਉਹਦੇ ਮਾਪੇ ਵੀ ਮਿਲੇ ਉਹ ਕਹਿੰਦੇ ਜੀ ਪ੍ਰਾਈਵੇਟ ਦੀਆਂ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਉਹਨੇ ਕਿਹਾ ਕਿ ਹੁਣ ਮੈਂ ਇੱਥੇ ਬਸ ਤੇ ਆਉਣੀ ਆ ਸਾਡੇ ਪਿੰਡਾਂ ਵੱਲ ਬੱਸ ਵੀ ਲੱਗ ਗਈ ਅਸੀਂ ਬੱਸਾਂ ਦਾ ਵੀ ਹਰੀ ਚੰਡੀ ਦਿੱਤੀ ਹੈ ਕਿ ਬੱਚਿਆਂ ਨੂੰ ਬੱਸਾਂ ਲੈ ਕੇ ਆਉਣਗੇ ਬੱਚਿਆਂ ਨੂੰ ਬੱਸਾਂ ਛੱਡ ਕੇ ਵੀ ਜਾਣਗੇ ਕੋਈ ਪੰਜਾਬ ਦਾ ਬੱਚਾ ਹੈ ਜ ਨਹੀਂ ਹੋਊਗਾ ਜਿਹਨੂੰ ਇਸ ਕਰਕੇ ਪੜ੍ਹਾਈ ਛੱਡਣੀ ਪੈ ਜੇ ਕਿ ਉਹਦੇ ਕੋਲ ਸਾਧਨ ਨਹੀਂ ਹੈਗਾ ਇਹ ਸਿੱਖਿਆ ਕ੍ਰਾਂਤੀ ਜਿਹੜੀ ਹੈ ਇਹ ਇਹ ਇਹਨੂੰ ਕ੍ਰਾਂਤੀ ਕਹਿੰਦੇ ਆ ਅਸਲ 'ਚ ਪਹਿਲਾਂ ਵੀ ਸਕੂਲ ਸੀ ਪਹਿਲਾਂ ਹੀ ਸਰਕਾਰਾਂ ਨੇ ਬਾਹਰੋਂ ਰੰਗ ਕਰਕੇ ਲਿਖਤਾ ਸਮਾਰਟ ਸਕੂਲ ਅੰਦਰ ਤਾਂ ਦੇਖ ਲੋ ਕੀ ਹੈ ਉਹ ਟੀਚਰ ਕੇ ਭਾਈ ਉਹ ਟੀਚਰ ਤਾਂ ਟੈਲੈਂਟਡ ਨੇ ਬਹੁਤ ਉਹਨਾਂ ਨੇ ਡਿਗਰੀਆਂ ਨੇ ਕਾਬਿਲ ਨੇ ਪਰ ਉਹਨਾਂ ਨੂੰ ਉਥੇ ਮਾਹੌਲ ਮਿਲਦਾ ਪੜਾਉਣ ਦਾ ਜਾਂ ਨਾ ਕੋਈ ਬੱਚਾ ਹੈ ਨਹੀਂ ਜੇ ਬੱਚੇ ਹੈਗੇ ਤਾ ਸਕੂਲ ਚ ਫਰਨੀਚਰ ਹੈ ਨਹੀਂ ਬਾਥਰੂਮ ਹੈ ਨਹੀਂ ਤਾਂ ਟੀਚਰ ਕੀ ਕਰਨਗੇ ਜਦੋਂ ਇਨਫਰਾਸਟ੍ਰਕਚਰ ਨਹੀਂ ਅਸੀਂ ਪਹਿਲਾਂ ਇਨਫਰਾਸਟ੍ਰਕਚਰ ਬਣਾਇਆ ਬਾਥਰੂਮ ਕਲਾਸਰੂਮ ਫਰਨੀਚਰ ਸ਼ਾਨਦਾਰ ਬਣਾਇਆ ਟੀਚਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਬੁਲਾਇਆ ਮੀਟਿੰਗਾਂ ਕੀਤੀਆਂ ਉਹਨਾਂ ਚ ਬਹੁਤ ਸਾਰੇ ਪ੍ਰਿੰਸੀਪਲ ਨੂੰ ਸਿੰਗਾਪੁਰ ਭੇਜਿਆ ਕਿਸੇ ਨੂੰ IIM ਲਾਹੌਰ ਟ੍ਰੇਨਿੰਗ ਵਾਸਤੇ ਭੇਜਿਆ ਹਰੋਂ ਸਾਡੇ ਬੱਚੇ ਤਿਸਰੋ ਕਦੇ ਕਿਤੇ ਵਿਜ਼ਿਟ ਵਾਸਤੇ ਜਾਂਦੇ ਨੇ ਇਹ ਤਾਂ ਬਣਦਾ ਜੀ ਇਹ ਬਾਹਰੋਂ ਲਿਖਣ ਨਾਲ ਨਹੀਂ ਬਣਦਾ ਸਮਾਰਟ ਸਕੂਲ ਅਰਵਿੰਦ ਕੇਜਰੀਵਾਲ ਤਾਂ ਇਸ ਮੌਕੇ ਤੇ ਪਹੁੰਚੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਸੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਵੀ ਤੇ ਨਾਲ ਰਾਗਵ ਚੱਡਾ ਹੋਰਾਂ ਦੀ ਅਸੀਂ ਵੀ ਗੱਲ ਦੇਖਣੀ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਇੱਜ ਚਰਚਾਵਾਂ ਲੰਬੇ ਸਮੇਂ ਤੋਂ ਚੱਲੀਆਂ ਇੱਕ ਪਾਸੇ ਵਿਰੋਧੀ ਵਿਰੋਧ ਕਰਦੇ ਪਏ ਸੀਗੇ ਕਿ ਆ ਦੇਖੋ ਜਿੱਥੇ ਦਾ ਬੱਸਾਂ ਭਰ-ਭਰ ਕੇ ਲੈ ਗਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਬੱਸਾਂ ਉੱਥੇ ਲੱਗੇ ਆ ਕਿਸੇ ਦੀ ਡਿਊਟੀ ਖਾਣੇ ਤੇ ਲਗਾ ਦਿੱਤੀ ਗਈ ਰੌਲਾ ਬਹੁਤ ਵੱਡੇ ਪੱਦਰ ਤੇ ਪਿਆ ਪਰ ਫਿਰ ਵੀ ਵਿਰੋਧੀਆਂ ਦਾ ਕੰਮ ਹੈ ਸਵਾਲ ਖੜੇ ਕਰਨਾ ਕਿਉਂਕਿ ਜਿਹੜਾ ਜੋ ਉਹਨਾਂ ਦੇ ਸਾਹਮਣੇ ਆ ਜੋ ਉਹਨਾਂ ਨੂੰ ਦਿਸਦਾ ਪਿਆ ਉਹਤੇ ਗਲਤ ਤਾਂ ਉਹਨਾਂ ਨੇ ਕਰਨੀ ਹੈ ਪਰ ਇੱਥੇ ਕਿੰਨੇ ਸਕੂਲਾਂ ਦੇ ਵਿੱਚ ਕੀ ਕੀ ਹੋਣਾ ਪੂਰੇ ਵਿਸਤਾਰ ਦੇ ਨਾਲ ਹਰਜੋਤ ਸਿੰਘ ਬੈਂਸ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਸੋ ਬੈਂਸ ਸਾਹਿਬ ਨੂੰ ਵੀ ਸੁਣ ਲਈਏ ਕਿ ਉਹਨਾਂ ਦਾ ਕੀ ਕਹਿਣਾ ਹੈ ਇਹ ਤਾਂ ਹੋ ਗਈ ਬੈਂਸਪ ਦੀ ਗੱਲ ਨਾਲ ਦੀ ਨਾਲ ਰਾਗਵ ਚੱਡਾ ਹੋਰਾਂ ਨੂੰ ਵੀ ਦੇਖ ਲੈਣੇ ਆ ਕਿਉਂਕਿ ਰਾਗਵ ਚੱਡਾ ਹੋਰਾਂ ਨੇ ਵੀ ਅੱਜ ਕੁਝ ਕਰੜੇ ਸ਼ਬਦ ਬੋਲੇ ਨੇ ਸਖਤ ਸ਼ਬਦ ਬੋਲੇ ਨੇ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਸਿਆਸੀ ਚੋਟਾਂ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਹਿਸਾਬ ਦੇ ਨਾਲ ਪਾਰਟੀ ਨੂੰ ਲੈ ਕੇ ਉਹਨਾਂ ਨੇ ਕੁਝ ਅਹਿਮ ਗੱਲਾਂ ਕੀਤੀਆਂ ਨੇ ਉਹ ਧਿਆਨ ਮੰਗਦੀਆਂ ਨੇ ਲੰਬੇ ਸਮੇਂ ਤੋਂ ਰਾਗਵ ਚੱਡੇ ਦੀ ਇੱਕ ਚੁੱਪ ਅੱਜ ਲੱਗਦਾ ਟੁੱਟੀ ਆ ਵੈਸੇ ਤਾਂ ਉਹਦੇ ਦਿਨਾਂ ਨੂੰ ਜਦੋਂ ਉਹ ਆਉਣ ਵਾਲੇ ਦਿਨਾਂ 'ਚ ਕਹਿੰਦੇ ਰਾਗਵ ਚੱਡਾ ਹੋ ਰਹੀ ਵਿਆਹ ਦੇ ਬੰਧਨ ਵਿੱਚ ਬੰਨਣ ਵਾਲੇ ਨੇ ਤਾਂ ਫਿਰ ਉਹ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲਣੀਆਂ ਸੋ ਦੇਖਦੇ ਆਂ ਗੱਲ ਕਿੱਦਾਂ ਨੂੰ ਜਾਂਦੀ ਹੈ ਪਰ ਇਹਨਾ ਜ਼ਰੂਰ ਹੈ ਕਿ ਰਾਗਵ ਚੱਡਾ ਹੋਰਾਂ ਨੇ ਇੱਥੇ ਸਿਆਸੀ ਤੌਰ ਤੇ ਜਿਹੜੀਆਂ ਗੱਲਾਂ ਕੀਤੀਆਂ ਇੱਕ ਨਜ਼ਰ ਪਹਿਲਾਂ ਉਧਰ ਮਾਰਦੇ ਆ 2010 ਮੇ ਇੱਕ ਪਿਕਚਰ ਆਈ ਸੀ ਪੀਪਲੀ ਲਾਈਫ ਉਸਕਾ ਗਾਣਾ ਥਾ ਸਖੀ ਸਈਆਂ ਤੋਂ ਖੂਬ ਹੀ ਕਮਾਤ ਹੈ महंगाई डायन खाए जाता है आज ये गाना देश की एक बड़ी आबादी के कान में रोजाना गूंजता है साथियों आज इस देश में जानलेवा महंगाई है और इस जानलेवा महंगाई के चलते दवाई से लेकर पढ़ाई तक हर चीज महंगी हो गई है इस मोदी सरकार ने पिछले नौ सालों में 30 साल की सर्वाधिक महंगाई देने का काम और एक रिकॉर्ड कायम करने का काम भारत देश ने किया और मुझे बताते हुए बहुत चिंता और दुख होती बहुत दुख होता है कि इस देश में एक अनकंट्रोल्ड इन्फ्लेशन यानी कि अनियंत्रित महंगाई के चलते देश की जो एक आम थाली होती है जिसमें दाल होती है रोटी होती है प्याज टमाटर होता है पनीर होता है। वो एक आम थाली 24 प्रतिशत महंगी हो गई है 24 परसेंट उसमें प्राइस राइस हुआ है दूध दही चावल आटा दाल चाय कॉफी इस पर तो अंग्रेजों ने भी कभी टैक्स नहीं लगाया जो आज की प्रचंड बहुमत की भाजपा सरकार लगाए जा रही है लगाए जा रही है और इस दौर में इस घटती कमाई और बढ़ती महंगाई घटती कमाई और बढ़ती महंगाई के दौर में जनता को अब आधार कार्ड की नहीं उधार कार्ड की आवश्यकता पड़ गई साथियों पिछले नौ सालों में मोदी सरकार ने टैक्स लगा लगाकर लगा लगाकर लगा और पदार्थों को इतना महंगा कर दिया कि आज जब महीने के अंत में एक आम आदमी अपनी जेब में हाथ डालता है यह देखने के लिए कि कुछ दो चार पैसे भी बचे कि नहीं बचे तो उसे बड़ी बहुत निराशा होती है बहुत दुख होता है लेकिन इस महंगाई के आलम में यदि कोई एक राज्य है जो इस महंगाई के आक्रमण से बचा हुआ है उस राज्य का नाम है दिल्ली और ये मैं नहीं कह रहा एक रिपोर्ट जो भारत सरकार की मिनिस्ट्री ऑफ स्टेटिस्टिक्स एंड प्रोग्राम इंप्लीमेंटेशन ने जारी करी है वो ये बताता है कि राष्ट्रीय स्तर पे औसत महंगाई 6.83 परसेंट है यानी कि 6.83 आठ तीन प्रतिशत यानी कि जहां देश भर में 6.8 परसेंट औसत महंगाई है वहां दिल्ली में मात्र तीन परसेंट महंगाई थ्री परसेंट महंगाई यानी कि राष्ट्रीय औसत के आधे से भी कम महंगाई दिल्ली में है यह रिपोर्ट हाल ही में मिनिस्ट्री ऑफ स्टेटिस्टिक्स एंड प्रोग्राम इंप्लीमेंटेशन ने जारी करी है जिसे एमओ भी कहा जाता है जिसने कहा कि राष्ट्रीय एवरेज महंगाई है 6.83 परसेंट जिसमें कई बड़े राज्य हैं राजस्थान में 8.6 परसेंट महंगाई हरियाणा में 8.27 महंगाई है उड़ीसा में एट पॉइंट टू थ्री महंगाई है तेलंगाना में आठ प्रतिशत से ज्यादा महंगाई है इस सारे महंगाई के आलम में दिल्ली में मात्र तीन प्रतिशत है यानी कि दिल्ली में महंगाई में की दर राष्ट्रीय औसत के आधे से भी कम ऐसा कैसा हुआ कि जब पूरे देश पर मोदी सरकार ने महंगाई का आक्रमण किया तो एक राज्य बच गया छोटा सा राज्य हिंदुस्तान का दिल दिल्ली बच गया ये कैसे हुआ यह इसलिए हुआ कि भाजपा की सरकार के महंगाई के बाणों को ढाल बनकर अरविंद केजरीवाल जी ने रोका और दिल्ली वालों पर भाजपा सरकार के महंगाई के बाण लगने नहीं दिए उन्हें छूने नहीं दिए एक भी बाण बल्कि बन ढाल बनकर अरविंद केजरीवाल जी ने एक एक बाण को रोकने का काम किया साथियों साथियों जब यह सरकार बनी थी 2014 में भाजपा की मोदी जी की सरकार तब पेट्रोल पचपन रुपए प्रति लीटर मिला करता था आज सौ रुपए प्रति लीटर मिलता डीजल पैंतालीस रुपए प्रति लीटर मिला करता था आज नब्बे रुपए प्रति लीटर मिलता दूध लगभग चौंतीस छत्तीस रुपए प्रति लीटर मिला करता था आज सात रुपए प्रति लीटर मिलता गैस का सिलेंडर चार सौ रुपए का मिलता था आज लगभग ग्यारह सौ रुपए का मिलता है यानी कि महंगाई को डबल ट्रिपल करने का काम जो केंद्र में बैठी सरकार ने किया ਉਸੇ ਜਨਤਾ આજ ਤਰਾਹੀ ਮਾਨ ਤਰਾਹੀ ਮਾਨ ਕਰ ਰਹੀ ਸਵਾਇਦੇਸ਼ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਪ੍ਰੋਗਰਾਮ ਜੁਰ ਪਸੰਦ ਆਇਆ ਹੋਣਾ ਹੁਣ ਮੈਨੂੰ ਨਵਜੀਤ ਨੁੰਦੇਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਦੀ